ਸਤਿ ਸ੍ਰੀ ਅਕਾਲ ਜੀ ਪੰਜਾਬ ਬੋਲ ਦਾ ਦੇਖ ਰਹੇ ਸਰ ਦਰਸ਼ਕਾਂ ਦਾ ਮੈਂ ਮਨਦੀਪ ਸਿੰਘ ਸਵਾਗਤ ਕਰਦਾ ਦੋਸਤੋ ਲਗਾਤਾਰ ਇਸ ਪ੍ਰੋਗਰਾਮ ਦੇ ਜ਼ਰੀਏ ਹਰ ਵਾਰ ਇੱਕ ਵੱਡਾ ਮੁੱਦਾ ਲੈ ਕੇ ਤੁਹਾਡੇ ਨਜ਼ਰ ਆਉਂਦੇ ਆ ਤੇ ਅੱਜ ਇੱਕ ਵਾਰ ਫੇਰ ਦੇਸ਼ ਦੇ ਵਿੱਚ ਇੱਕ ਵੱਡਾ ਮੁੱਦਾ ਜਿਹੜਾ ਬਣਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਦੇਸ਼ ਦੇ ਵਿੱਚ ਹਾਹਾਕਾਰ ਮਚੀ ਹੋਈ ਹੈ ਪਰ ਇਸ ਦੇ ਨਾਲ ਇਹ ਮੁੱਦਾ ਦਿੱਲੀ ਦੇ ਵਿੱਚ ਜਾਮੀਆ ਮਿਲਿਆ ਇਸਲਾਮੀਆਂ ਯੂਨੀਵਰਸਿਟੀ ਦੇ ਨਾਲ ਵੀ ਜੁੜਦਾ ਜਾ ਰਿਹਾ ਹੈ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਨਾਗਿਕਤਾ ਕਾਨੂੰਨ ਨੂੰ ਲੈ ਕੇ ਵਿਰੋਧ ਕੀਤਾ ਗਿਆ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਵਿਦਿਆਰਥੀਆਂ ਦੇ ਉੱਤੇ ਤਸ਼ੱਦਦ ਪਾਇਆ ਗਿਆ ਪੁਲਿਸ ਦੀ ਕਾਰਵਾਈ ਕਾਰਵਾਈ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਇਸ ਕਾਰਵਾਈ ਦੇ ਉੱਤੇ ਜਿਹੜੇ ਨੌਜਵਾਨ ਹੈਗੇ ਨੇ ਉਹ ਵੀ ਸਵਾਲ ਚੁੱਕ ਰਹੇ ਨੇ ਦਿੱਲੀ ਦੇ ਵਿੱਚ ਹੰਗਾਮਾ ਹੋਇਆ ਉਸ ਤੋਂ ਬਾਅਦ ਲਗਾਤਾਰ ਇਹ ਹੰਗਾਮਾ ਪੂਰੇ ਦੇਸ਼ ਦੇ ਵਿੱਚ ਫੈਲਦਾ ਜਾ ਰਿਹਾ ਹੈ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੁਜੇ ਹੋਏ ਹਨ ਤੇ ਕੁਝ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਜਿਹੜੇ ਹੈਗੇ ਨੇ ਨੌਜਵਾਨ ਹੈਗੇ ਨੇ ਉਹ ਸਾਡੇ ਨਾਲ ਮੌਜੂਦ ਹੈਗੇ ਨੇ ਇਹਨਾਂ ਦੇ ਵੱਲੋਂ ਵੀ ਇਸ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ ਇੱਥੇ ਵੀ ਰੋਜ਼ ਪ੍ਰਦਰਸ਼ਨ ਲਗਾਤਾਰ ਜਿਹੜੇ ਕੀਤੇ ਜਾ ਰਹੇ ਨੇ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਤਸ਼ੱਦਦ ਟਾਇਆ ਗਿਆ ਲਾਇਬ੍ਰੇਰੀ ਦੇ ਵਿੱਚ ਵੜ ਕੇ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਗਈ ਹੋਸਟਲ ਦੇ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਪਰੇਸ਼ਾਨ ਕੀਤਾ ਗਿਆ ਉਸ ਨੂੰ ਲੈ ਕੇ ਵਿਦਿਆਰਥੀ ਕਾਫੀ ਰੋਸ ਦੇ ਵਿੱਚ ਦਿਖਾਈ ਦੇ ਰਹੇ ਨੇ ਕੁਝ ਵਿਦਿਆਰਥੀ ਹੈਗੇ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮਾਨਵ ਜੀ ਨੌਜਵਾਨ ਭਾਰਤ ਸਭਾ ਤੋਂ ਅੱਛਾ ਅੱਛਾ ਮਾਨਵ ਜਿਸ ਤਰੀਕੇ ਦੇ ਨਾਲ ਜਾਮੀਆ ਇਸਲਾਮੀਆਂ ਯੂਨੀਵਰਸਿਟੀ ਦੇ ਵਿੱਚ ਰੋਸ ਪ੍ਰਦਰਸ਼ਨ ਹੁੰਦਾ ਹੈ ਵਿਦਿਆਰਥੀਆਂ ਦੇ ਉੱਤੇ ਤਸ਼ੱਦਦ ਟਾਇਆ ਜਾਂਦਾ ਉਸ ਤੋਂ ਬਾਅਦ ਕਿਤਨਾ ਕਿਤੇ ਪੁਲਿਸ ਦੀ ਕਾਰਵਾਈ ਦੇ ਉੱਤੇ ਸਰਕਾਰ ਨੂੰ ਲੈ ਕੇ ਜਿਹੜੇ ਹੈਗੇ ਨੇ ਵਿਦਿਆਰਥੀ ਸਵਾਲ ਚੁੱਕਰੇ ਨੇ ਮਾਮਲਾ ਕਿਸ ਤਰੀਕੇ ਨਾਲ ਪਖਿਆ ਹੋਇਆ ਹੈ ਇਹ ਜਿਵੇਂ ਆਪਾਂ ਜਾਣਦੇ ਹਾਂ ਕਿ 10 ਹਫ਼ਤਾ 2 ਹਫ਼ਤੇ ਪਹਿਲਾਂ ਇੱਕ ਜਿਹੜਾ ਬਿੱਲ ਹੈ ਸਰਕਾਰ ਨੇ ਪਹਿਲਾਂ 9 ਤਰੀਕ ਨੂੰ ਲੋਕ ਸਭਾ ਤੇ ਫਿਰ ਰਾਜ ਸਭਾ ਚ ਪਾਸ ਕਰਨ ਤੋਂ ਬਾਅਦ ਇੱਕ ਕਾਨੂੰਨ ਬਣਾਤਾ ਵੀ ਧਰਮ ਦੇ ਆਧਾਰ ਤੇ ਹੁਣ ਜਿਹੜੀ ਹੈ ਨਾਗਰਿਕਤਾ ਦਿੱਤੀ ਜਾਊਗੀ ਹੈਨਾ ਵੀ ਇਹ ਪਹਿਲੀ ਵਾਰੀ ਭਾਰਤ ਦੇ ਇਤਿਹਾਸ ਚ ਹੋ ਰਿਹਾ ਹੈਗਾ ਵੀ ਧਰਮ ਦੇ ਆਧਾਰ ਤੇ ਇਸ ਤਰ੍ਹਾਂ ਵੰਡੀਆਂ ਸਿੱਧੇ ਸਿੱਧੇ ਰੂਪ ਚ ਪਾਈਆਂ ਜਾ ਰਹੀਆਂ ਨੇ ਇਹਨੂੰ ਲੈ ਕੇ ਜਦੋਂ ਪੂਰੇ ਦੇਸ਼ ਦੇ ਵਿੱਚ ਵਿਰੋਧ ਸ਼ੁਰੂ ਹੋਇਆ ਚਾਹੇ ਉੱਤਰ ਪੂਰਬ ਹੋਵੇ ਤੇ ਫਿਰ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਤੇ ਅਲੀਗੜ ਮੁਹਿੰਮ ਯੂਨੀਵਰਸਿਟੀ ਦੇ ਵਿੱਚ ਜਦੋਂ ਇਹ ਮਾਮਲਾ ਭਖਿਆਗਾ ਹੁਣ ਸਰਕਾਰ ਇੱਕ ਪਾਸੇ ਤਾਂ ਕਹਿੰਦੀ ਹੈ ਜੀ ਵੀ ਇਹ ਲੋਕਤੰਤਰ ਹੈ ਗੱਲ ਕਰੋ ਹਨਾ ਹੁਣ ਇਹਦੇ ਚ ਆਇਆ ਵੀ ਤੰਤਰ ਲੋਕਾਂ ਤੇ ਚੜਿਆ ਹੋਇਆ ਇਹ ਲੋਕਤੰਤਰ ਨਹੀਂ ਹਨਾ ਲੋਕ ਆਪ ਦਾ ਹੱਕ ਮੰਗ ਰਹੇ ਸਿਰਫ ਇੱਕ ਦੱਸ ਰਹੇ ਆ ਵੀ ਸਾਡੀ ਗੱਲ ਸੁਣੋ ਪਰ ਗੱਲ ਸੁਣਨ ਦੀ ਥਾਂ ਤੇ ਪੁਲਿਸ ਆ ਕੇ ਉਹਨਾਂ ਨਾਲ ਕੁੱਟਮਾਰ ਕਰਦੀ ਹੈ ਭੰਨ ਤੋੜ ਕਰਦੀ ਹੈ ਜਿਵੇਂ ਪੇਸ਼ ਵੀ ਕੀਤੇ ਜਾ ਰਹੇ ਐ ਇਹ ਮਝਾਰੇ ਵੀ ਲੋਕਾਂ ਨੇ ਵਿਦਿਆਰਥੀਆਂ ਨੇ ਜਿਹੜਾ ਤੋੜਪੰਨ ਕੀਤਾ ਇਹ ਵੀ ਬਹੁਤ ਗਲਤ ਤਰੀਕੇ ਨਾਲ ਸ਼ਰਿਆਮ ਹੁਣ ਵੀਡੀਓ ਆ ਸਾਹਮਣੇ ਆਈਆਂ ਵੀ ਪੁਲਿਸ ਆਪ ਅੱਗਾ ਲਾ ਰਹੀ ਹੈ ਆਪ ਆਟੋਆਂ ਤੇ ਮੋਟਰਸਾਈਕਲਾਂ ਨੂੰ ਡੰਡਿਆਂ ਡਾਂਗਾ ਨਾਲ ਪਾਰਕਿੰਗ 'ਚ ਖੜੇ ਮੋਟਰਸਾਈਕਲਾਂ ਨੂੰ ਭੰਨ ਰਹੀ ਹੈ ਤੇ ਹੋਸਟਲਾਂ ਦੇ ਵਿੱਚ ਜਾ ਕੇ ਲਾਇਬ੍ਰੀਆਂ ਦੇ ਵਿੱਚ ਠਾਲ ਠਾਲ ਕੇ ਜਿਹੜੇ ਆ ਬੱਚੇ ਕੁੱਟੇ ਜਾ ਰਹੇ ਆ ਵੀ ਇਹ ਸਾਫ ਤੌਰ ਤੇ ਸਾਬਤ ਕਰਦਾ ਵੀ ਇਹ ਜਿਹੜਾ ਤੰਤਰ ਹੈ ਇਹ ਲੋਕਾਂ ਦਾ ਹੈ ਨਹੀਂਗਾ ਤੇ ਇਹ ਜਿਹੜਾ ਜਮਹੂਰੀਅਤ ਦਾ ਹੈਗਾ ਆ ਵੀ ਡਰਾਮਾ ਇਹ ਸਿਰਫ ਉਦੋਂ ਤੱਕ ਆ ਜਦੋਂ ਤੱਕ ਲੋਕ ਚੁੱਪ ਕਰਕੇ ਸਭ ਕੁਝ ਸਹਿ ਰਹੇ ਆ ਸਿਰਫ ਉਦੋਂ ਤੱਕ ਇਹ ਨਾਟਕ ਖੇਡਿਆ ਜਾਂਦਾ ਜਦੋਂ ਲੋਕ ਆਉਦੇ ਹੱਕ ਮੰਗਦੇ ਆ ਆਪਦਾ ਇੱਕ ਸਵਾਲ ਖੜੇ ਕਰਦੇ ਆ ਸਿਸਟਮ ਤੇ ਉਦੋਂ ਉਹਨਾਂ ਨੂੰ ਕੁੱਟਿਆ ਜਾਂਦਾ ਉਦੋਂ ਕੋਈ ਜਮਹੂਰੀਅਤ ਨਹੀਂ ਹੈਗੀ ਕਾਰਨ ਕੀ ਲੱਗ ਰਿਹਾ ਕਿ ਇੱਕ ਜਾਮੀਆ ਯੂਨੀਵਰਸਿਟੀ ਨੂੰ ਟਾਰਗੇਟ ਪੁਲਿਸ ਦੇ ਵੱਲੋਂ ਕਿਉਂ ਕੀਤਾ ਗਿਆ ਇਸ ਤੋਂ ਇਲਾਵਾ ਹੋਰ ਵੀ ਕਾਫੀ ਵਿਦਿਅਕ ادارے ਹੈਗੇ ਨੇ ਉੱਥੇ ਹੀ ਪੁਲਿਸ ਦਾ ਦਾਵਾ ਕਿਉਂ ਬੋਲਿਆ ਗਿਆ ਨੇ ਇਹਦੇ ਚ ਆਇਆ ਵੀ ਦੇਖੋ ਜਿੱਥੇ ਵਿਰੋਧ ਹੋਇਆ ਸਰਕਾਰ ਤਾਂ ਉੱਥੇ ਹੀ ਹਮਲਾ ਕਰ ਰਹੀ ਹੈ ਪਹਿਲਾਂ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਵੀ ਕਰਿਆ ਤੁਹਾਨੂੰ ਯਾਦ ਹੋ ਮਹੀਨਾ 'ਚ ਪਹਿਲਾਂ ਹੀ ਦਿੱਲੀ ਯੂਨੀਵਰਸਿਟੀ ਦੇ ਵਿੱਚ ਵੀ ਇਸੇ ਤਰ੍ਹਾਂ ਜਦੋਂ ਉੱਥੋਂ ਦਾ ਆਪ ਦਾ ਲੱਗ ਮਸਲਾ ਸੀ ਕੋਈ ਉਦੋਂ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਕੁੱਟੇ ਗਏ ਹਨਾ ਹੁਣ ਮਸਲਾ ਜਾਮੀਆ ਦੇ ਵਿੱਚ ਬਹੁਤ ਵੱਧ ਗਿਆ ਸੀ ਬਹੁਤ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਹੈ ਚਾਹੇ ਟੀਚਰ ਹੈ ਚਾਹੇ ਹੋਰ ਸਟਾਫ ਆ ਉਹ ਇਸ ਬਿੱਲ ਦੇ ਐਕਟ ਦੇ ਕਾਨੂੰਨ ਦੇ ਵਿਰੋਧ 'ਚ ਆਇਆ ਤਾਂ ਕਰਕੇ ਕੁੱਟਿਆ ਪਰ ਕਹਿਣ ਦਾ ਮਤਲਬ ਇਹ ਆ ਵੀ ਜਿੱਥੇ ਵੀ ਲੋਕ ਇਕੱਠੇ ਹੁੰ ਇਹ ਜਿਹੜਾ ਪ੍ਰਸ਼ਾਸਨ ਹੈ ਇਹ ਲੋਕਾਂ ਨੂੰ ਟੁੱਟ ਕੇ ਪੈ ਜਾਂਦਾ ਚਾਹੇ ਨੌਜਵਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਇਹ ਬਿਲਕੁਲ ਇੱਕ ਨਵੀਂ ਆਵਾਜ਼ ਆ ਨਵੀਂ ਪੀੜੀ ਨੂੰ ਦਬਾਉਣ ਦੀ ਕੋਸ਼ਿਸ਼ ਆ ਵੀ ਉਹ ਉੱਠਣੀ ਨਾ ਉਹਨਾਂ ਨੂੰ ਉੱਠਣ ਤੋਂ ਪਹਿਲਾਂ ਹੀ ਦਬਾ ਦਿੱਤਾ ਜਾਵੇ ਹਾਂਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਇਹੀ ਕਰਦੇ ਆਂ ਵੀ ਇਹ ਜਿਹੜਾ ਆਪਾਂ ਦੇਖੀਏ ਵੀ ਕੋਈ ਵੀ ਮਨੁੱਖਾ ਮਨੁੱਖ ਕਦੇ ਵੀ ਕਾਨੂੰਨੀ ਜਾਂ ਗੈਰ ਕਾਨੂੰਨੀ ਨਹੀਂ ਹੋ ਸਕਦਾ ਹਨਾ ਇਹਨੂੰ ਇਸ ਚਾਂਚੇ ਦੇ ਇਸ ਲੈਣ ਖਿੱਚਣੀ ਵੀ ਆ ਕਾਨੂੰਨੀ ਬੰਦੇ ਨੇ ਆ ਗੈਰ ਕਾਨੂੰਨੀ ਹੈ ਇਹ ਬਹੁਤ ਗਲਤ ਹੈਗਾ ਸਾਰਿਆਂ ਨੂੰ ਜਿਹੜਾ ਵੀ ਕੋਈ ਲਤਾੜਿਆ ਜਾ ਰਿਹਾ ਮਜਲੂਮ ਆ ਗਰੀਬ ਆ ਉਹਨੂੰ ਨਾਗਰਿਕਤਾ ਮਿਲਣੀ ਚਾਹੀਦੀ ਹੈ ਬਿਨਾ ਕਿਸੇ ਧਰਮ ਦੇ ਆਧਾਰ ਤੇ ਜਾਂ ਬਿਨਾ ਕਿਸੇ ਵਖਰੇਵੇਂ ਤੋਂ ਸਾਰਿਆਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਤਾਂ ਹੀ ਆਪਾਂ ਸਮਝਦੇ ਆਂ ਵੀ ਇਹ ਲੋਕਾਂ ਦਾ ਜਿਹੜਾ ਹੈਗਾ ਆ ਸਿਸਟਮ ਹੈ ਤਾਂ ਹੀ ਚੱਲ ਸਕਦਾ ਜੇ ਉਹ ਲੋਕਾਂ ਦਾ ਖਿਆਲ ਰੱਖੇ ਇਸ ਤਰ੍ਹਾਂ ਬੰਡੀਆਂ ਪਾ ਕੇ ਨਹੀਂ ਬਹੁਤ ਬਹੁਤ ਧੰਨਵਾਦ ਸਰਨਾ ਗੱਲਬਾਤ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਰਜਨੀਸ਼ ਮੈਂ ਪੀਐਸ ਰਲਕਾਰ ਦਾ ਅੱਛਾ ਰਜਨੀਸ਼ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਵਿਦਿਆਰਥੀਆਂ ਦੇ ਉੱਤੇ ਪੁਲਿਸ ਦੇ ਵੱਲੋਂ ਤਸ਼ੱਦਦ ਟਾਇਆ ਗਿਆ ਉਸ ਤੋਂ ਬਾਅਦ ਰੋਸ ਪ੍ਰਦਰਸ਼ਨ ਹੁੰਦੇ ਨੇ ਤਸ਼ੱਦਦ ਟਾਉਣ ਦੇ ਪਿੱਛੇ ਪੁਲਿਸ ਦੇ ਕੀ ਕਾਰਨ ਜਿਹੜੇ ਸਾਹਮਣੇ ਲੱਗ ਰਹੇ ਨੇ ਤੁਹਾਨੂੰ ਕੀ ਕਰਨ ਲੱਗ ਰਹੇ ਨੇ ਕਿ ਕਿਉਂ ਵਿਦਿਆਰਥੀਆਂ ਦੀ ਜਿਹੜੀ ਆਵਾਜ਼ ਹੈਗੀ ਹੈ ਪੁਲਿਸ ਦਬਾਉਣਾ ਚਾਹੁੰਦੀ ਹੈ देखिए पुलिस का सीधा सीधा रुख है पुलिस पुलिस तो वही करेगी जो सरकार का ऑर्डर है पुलिस उस चीज़ को फॉलो करती है पुलिस का सीधा रुख है कि स्टूडेंट ऑर्गेनाइजेशंस की जो भी किसी टाइप की कोई भी मूवमेंट होती है कोई भी वो रोष प्रदर्शन करते हैं किसी भी बिल को लेकर है वो चाहे जाम इस्लामिया हम में हमने जो सिटीज़नशिप अमेंडमेंट एक्ट है उसके ऊपर हमने प्रदर्शन देखा लेकिन उससे पहले हम दे सकते हैं कि जे में फीस के ऊपर भी पुलिस ने यही सब किया है फीस हाइक होने के ऊपर भी तो सरकार जो है नौजवानों की आवाज़ को दबाना चाहती है आज और जामिया इस्लामी यूनिवर्सिटी में पर्टिकुलरली इसलिए किया गया क्योंकि वहाँ ज़्यादातर मुस्लिम मेजोरिटी है स्टूडेंट्स की तो उस टाइप से उन्हें प्रेजेंट किया गया है कि ये तो टेररिस्ट है ये एंटी गवर्नमेंट मटेरियल ऑलरेडी है तो इस इसलिए पत्थरबाजी कर रहे हैं ये सब कर रहे हैं ओके okay. बहुत बहुत धन्यवाद सर सरना गलबात करने के लिए सत सत्या जी सत सत्या जी क्या नाम है अमनदीप दी पी एस यू ललकार तो अच्छा अमन जिस तरीके के नाल जामिया इस्लामिया यूनिवर्सिटी के ਹੰਗਾਮਾ ਹੁੰਦਾ ਹੈ ਵਿਦਿਆਰਥੀਆਂ ਤੋਂ تشਦਰਟਾਇਆ ਜਾਂਦਾ ਹੈ ਪਰ ਸਵਾਲ ਹੈਗਾ ਕਿ ਤੁਹਾਨੂੰ ਲੱਗਦਾ ਹੈ ਕਿ ਵਿਦਿਆਰਥੀ ਜਾਂ ਫਿਰ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਨੇ ਚਾਹੇ ਸਕੂਲ ਕਾਲਜ ਜਾਂ ਫਿਰ ਯੂਨੀਵਰਸਿਟੀ ਲੈਵਲ ਦੇ ਉੱਤੇ ਜਿੰਨੇ ਵੀ ਆ ਜਥੇਬੰਦੀਆਂ ਹੈਗੀਆਂ ਨੇ ਸਾਰਿਆਂ ਨੂੰ ਆਵਾਜ਼ ਚੁੱਕਣ ਦਾ ਜਿਹੜਾ ਹੈਗਾ ਹੱਕ ਹੈਗਾ ਹੈ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਹੈਗਾ ਹੈ ਹਾਲਾਂਕਿ ਜਿਹੜਾ ਸੰਵਿਧਾਨ ਹੈਗਾ ਸਾਰਿਆਂ ਨੂੰ ਬਰਾਬਰੀ ਦਾ ਅਧਿਕਾਰ ਦਿੰਦਾ ਨਹੀਂ ਹੱਕ ਮਤਲਬ ਲਖਤੀ ਦੇ ਵਿੱਚ ਜਿਹੜਾ ਪਿਆ ਉਹ ਕਿਤੇ ਕਿਤੇ ਹਾਂ ਇਸ ਘਟਨਾ ਤੋਂ ਬਾਅਦ ਹੀ ਨਹੀਂ ਮਤਲਬ ਇਹ ਕੋਈ ਇਹ ਨਵੀਂ ਘਟਨਾ ਨਹੀਂ ਹੈ ਇਹ ਇਹ ਸਮਝਣ ਦੀ ਲੋੜ ਹੈ ਜਿਵੇਂ ਅੱਜ ਤੱਕ ਇਹ ਸਮਝਿਆ ਜਾਂਦਾ ਸੀ ਜਦੋਂ ਕਸ਼ਮੀਰ ਦੇ ਵਿੱਚ ਉਹ 370 हटਾਈ ਗਈ ਕਿ ਕਸ਼ਮੀਰ ਦੇ ਵਿੱਚ ਐਮਰਜੈਂਸੀ ਲੱਗੀ ਹੈ ਜਦੋਂ ਇਹ ਐਕਟ ਆਇਆ ਆਸਾਮ ਦੇ ਵਿੱਚ ਨਾਰਥ ਈਸਟ ਦੇ ਵਿੱਚ ਇਹ ਹਾਲਾਤ ਇਸ ਤਰ੍ਹਾਂ ਦੇ ਬਣੇ ਤਾਂ ਇਹ ਕਿਹਾ ਗਿਆ ਕਿ ਉੱਥੇ ਮਤਲਬ ਕਿ ਹਾਲਾਤ ਵਿਗੜੇ ਹੋਏ ਨੇ ਉੱਥੇ ਐਮਰਜੈਂਸੀ ਲਾਉਣੀ ਪੈ ਰਹੀ ਹੈ ਉੱਥੇ ਕਰਫਿਊ ਲਾਏ ਜਾ ਰਹੇ ਨੇ ਪਰ ਕਰਫਿਊ ਸਾਰੇ ਦੇਸ਼ 'ਚ ਲੱਗ ਗਿਆ ਹੋਇਆ ਹੈ ਜਦੋਂ ਵੀ ਕਦੇ ਵੀ ਮਤਲਬ ਸਾਡੇ ਵਿਦਿਆਰਥੀ ਨੌਜਵਾਨ ਆਪਣੇ ਮੰਗਾਂ ਨੂੰ ਲੈ ਕੇ ਨਿਕਲਦੇ ਆ ਆਪਣਾ ਵਿਰੋਧ ਦਰਜ ਕਰਾਉਣ ਨਿਕਲਦੇ ਆ ਤਾਂ ਸਰਕਾਰ ਦੇ ਸਿੱਧੇ ਸਿੱਧੇ ਦੋ ਮੰਸ਼ੇ ਨੇ ਇਹਦੇ ਪਿੱਛੇ ਇਹ ਜਹ ਤਸ਼ੱਦਦ ਟਾਉਣ ਪਿੱਛੇ ਪਹਿਲਾ ਉਹ ਲਗਾਤਾਰ ਝੂਠ ਬੋਲਦੇ ਨੇ ਹਨਾ ਹੱਕ ਦੀ ਜ਼ੋਰ ਤੇ ਝੂਠ ਬੋਲਦੇ ਨੇ ਕਹਿੰਦੇ ਸਾਰੇ ਦੇਸ਼ 'ਚ ਹਾਲਾਤ ਬਿਲਕੁਲ ਠੀਕ ਆ ਹਰ ਚੀਜ਼ ਨੂੰ ਮੰਨ ਕਰ ਜਾਂਦੇ ਅੱਜ ਵੀ ਹਮੇਸ਼ਾ ਕੱਲੇ ਬਿਆਨ ਦਿੰਦਾ ਕਹਿੰਦਾ ਅਸੀਂ ਤਾਂ ਇਹ ਬਿੱਲ ਇਹ ਇਹ ਕਾਨੂੰਨ ਲਾਗੂ ਕਰਾਂਗੇ ਚਾਹੇ ਜੋ ਮਰਜ਼ੀ ਕਰ ਲੋ ਕਹਿੰਦੇ ਸਭ ਕੁਝ ਠੀਕ ਐ ਇਹ ਉਹ ਬਾਰ-ਬਾਰ ਕਹਿਣਾ ਚਾਹੁੰਦੇ ਆ ਇਸ ਕਰਕੇ ਜਿਹੜਾ ਕੋਈ ਵਿਰੋਧ ਉੱਠ ਰਿਹਾ ਉਹ ਦੁਨੀਆ ਦੇ ਸਾਹਮਣੇ ਨਾ ਜਾਵੇ ਉਹ ਲੋ ਕਾਰਾਂ ਦੇ ਜਿਹੜੇ ਜੋ ਵੀ ਉਹ ਕਰ ਰਹੇ ਨੇ ਉਹਨੂੰ ਨਹੀਂ ਮੰਨ ਰਹੇ ਉਹ ਤੋਂ ਉਹਨੂੰ ਮਨਜ਼ੂਰ ਨਹੀਂ ਹੈਗਾ ਲੋਕਾਂ ਨੂੰ ਇਹ ਇਹ ਉਹ ਦਬਾਉਣਾ ਚਾਹੁੰਦੇ ਆ ਦੂਜਾ ਜਿਹੜੇ ਲੋਕ ਵਿਰੋਧ ਦਰਜ ਕਰਾ ਰਹੇ ਨੇ ਜਿਹੜੇ ਆਮ ਲੋਕ ਨੇ ਇਸ ਦੇਸ਼ ਦੇ ਜਿਨ੍ਹਾਂ ਦੇ ਉੱਤੇ ਸਭ ਕੁਝ ਲਾਗੂ ਕੀਤਾ ਜਾਣਾ ਕਾਨੂੰਨੀ ਤੌਰ ਤੇ ਜਦੋਂ ਉਹ ਬਾਹਰ ਆ ਰਹੇ ਨੇ ਤਾਂ ਉਹਨਾਂ ਨੂੰ ਇੱਕ ਦੰਗਾਈ ਉਹਨਾਂ ਨੂੰ ਇੱਕ ਅਤਵਾਦੀ ਦੇ ਤੌਰ ਤੇ ਪੇਸ਼ ਕੀਤਾ ਜਾਂਦਾ ਹੈ ਇਹ ਬਾਰ-ਬਾਰ ਸਾਡੇ ਜਿਹੜੇ ਉਹ ਮੋਦੀ ਆ ਚਾਹੇ ਅਮਿਤ ਸ਼ਾ ਉਹ ਵੀ ਇਹੀ ਕੁਝ ਬੋਲ ਰਿਹਾ ਹੈ ਉਹਨਾਂ ਦੇ ਉਹਨਾਂ ਦੇ ਪੋਂਪੂ ਬਣਿਆ ਹੋਇਆ ਜਿਹੜਾ ਹੈ ਮੀਡੀਆ ਕੁਝ ਚੈਨਲ ਉਹ ਵੀ ਇਹੀ ਕੁਛ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਮਤਲਬ ਕਿ ਸਦਾ ਸਦਾ ਵਿਰੋਧ ਦੀ ਜਿਹੜੀ ਆਵਾਜ਼ ਹੈ ਇਸ ਦੇਸ਼ ਦੇ ਵਿੱਚ ਉਹਨੂੰ ਡੰਡੇ ਦੇ ਜ਼ੋਰ ਤੇ ਵੀ ਕੁਚਲਣਾ ਹੈ ਉਹਨੂੰ ਬਦਨਾਮ ਵੀ ਕਰਨਾ ਉਹਨਾਂ ਨੂੰ ਅਤਵਾਦੀ ਕਹਿਣਾ ਕਿ ਮਤਲਬ ਕਿ ਕੀ ਸਾਡੇ ਵਿਦਿਆਰਥੀਆਂ ਨੌਜਵਾਨਾਂ ਕੋਲੇ ਹੱਕ ਹੈ ਕਿ ਨਹੀਂ ਕਿ ਉਹ ਕਿਸੇ ਪਾਸੇ ਆ ਕੇ ਆਪਣੀ ਆਵਾਜ਼ ਰੱਖ ਸਕਣ ਉਹ ਸਿਰ ਪਾਰਲੀਮੈਂਟ ਤੱਕ ਜਾਣਾ ਚਾਹੁੰਦੇ ਸੀ ਆਪਣੀ ਆਵਾਜ਼ ਲੈ ਕੇ ਉਹਨਾਂ ਨੂੰ ਨਹੀਂ ਜਾਣ ਦਿੱਤਾ ਤੇ ਬਿਨਾ ਯੂਨੀਵਰਸਿਟੀ ਅਥਾਰਟੀਾਂ ਦੇ ਵੀ ਸੀ ਕਹਿ ਰਹੀ ਹੈ ਉੱਥੋਂ ਦੀ ਉੱਥੋਂ ਦਾ ਯੂਨੀਵਰਸਿਟੀ ਦਾ ਸਿਕਿਉਰਿਟੀ ਆਫੀਸਰ ਕਹਿ ਰਿਹਾ ਕਿ ਸਾਡੀ ਪਰਮਿਸ਼ਨ ਤੋਂ ਬਿਨਾ ਕਿਵੇਂ ਵੜ ਗਏ ਇਹ ਪੁਲਿਸ ਵਾਲੇ ਯੂਨੀਵਰਸ ਕੰਟਰੋਲ ਕਰਨਾ ਨਹੀਂ ਉਹਨਾਂ ਨੂੰ ਆਰਡਰ ਸੀ ਕਿ ਕੁਚਲਣਾ ਇਹ ਜਾਂ ਕੁਚਲਣਾ ਕੇ ਲੋਕ ਨੌਜਵਾਨ ਇਹ ਵਿਦਿਆਰਥੀ ਸਿਰ ਚੁੱਕਣ ਦੀ ਜਿਹੜੀ ਹਿੰਮਤ ਨਾ ਕਰਨ ਬਹੁਤ ਬਹੁਤ ਧੰਨਵਾਦ ਸਰ ਨਾਲ ਗੱਲਬਾਤ ਕਰਨ ਦੇ ਲਈ ਸੋ ਲਗਾਤਾਰ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਕਿ ਕਿਤਨਾ ਕਿਤੇ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਪੁਲਿਸ ਦੀ ਕਾਰਵਾਈ ਨੌਜਵਾਨਾਂ ਨੂੰ ਵਿਦਿਆਰਥੀ ਨੂੰ ਲੈ ਕੇ ਕੀਤੀ ਗਈ ਹੈ ਕਿਤਨਾ ਕਿਤੇ ਜਿਹੜੇ ਵਿਦਿਆਰਥੀ ਇਸ ਕਾਨੂੰਨ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੇ ਸਨ ਰੋਸ ਪ੍ਰਦਰਸ਼ਨ ਕਰ ਰਹੇ ਸਨ ਉਹਨਾਂ ਦੀ ਆਵਾਜ਼ ਦਬਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਜਿਹੜੀ ਇੱਕ ਪੁਲਿਸ ਦੀ ਕਾਰਵਾਈ ਹੈ ਇਸ ਦੇ ਲੈ ਕੇ ਲਗਾਤਾਰ ਪੰਜਾਬ ਦੇ ਵਿੱਚ ਵੀ ਜਿਹੜੇ ਹੈਗੇ ਨੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਲਗਾਤਾਰ ਸਵਾਲ ਉੱਠਦਾ ਜਾ ਰਿਹਾ ਹੈ ਕਿ ਆਖਿਰ ਕੀ ਵਿਦਿਆਰਥੀਆਂ ਜਾਂ ਫਿਰ ਲੋਕਾਂ ਨੂੰ ਸਰਕਾਰ ਦੇ ਖਿਲਾਫ ਆਵਾਜ਼ ਚੁੱਕਣ ਦਾ ਕੋਈ ਹੱਕ ਨਹੀਂ ਹਾਲਾਂਕਿ ਸੰਵਿਧਾਨ ਹੱਕ ਦਿੰਦਾ ਹੈ ਪਰ ਪੁਲਿਸ ਇਸ ਹੱਕ ਨੂੰ ਰੋਕਣ ਦੇ ਵਿੱਚ ਲੱਗੀ ਹੋਈ ਹੈ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਲਗਾਤਾਰ ਗੱਲਬਾਤ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਜਾਮੀਆਂ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੌਜਵਾਨਾਂ ਦੇ ਉੱਤੇ ਪੁਲਿਸ ਨੇ ਕਾਰਵਾਈ ਕੀਤੀ ਦਿਨ ਤੇ ਰਾਤ ਦੇ ਹਨੇਰੇ ਦੇ ਵਿੱਚ ਤੇ ਪੁਲਿਸ ਨੇ ਸ਼ਾਂਤ ਨੌਜਵਾਨਾਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਹਮਲਾ ਬੋਲਿਆ ਹੈ ਪਰ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਜਿਹੜੇ ਨੇ ਨੌਜਵਾਨ ਸਵਾਲ ਚੁੱਕ ਰਹੇ ਨੇ ਕਿਉਂਕਿ ਸਵਾਲ ਚੁੱਕਣਾ ਲਾਜ਼ਮੀ ਹੈਗਾ ਹੈ ਕਿਉਂਕਿ ਪੁਲਿਸ ਦੀ ਜਿਹੜੀ ਕਾਰਵਾਈ ਹੈ ਉਸ ਦੇ ਵਿੱਚ ਕਾਫੀ ਵੱਡੇ ਸਵਾਲ ਵੀ ਦੇਖਣ ਨੂੰ ਮਿਲ ਰਹੇ ਨੇ ਨੌਜਵਾਨ ਹੈਗੇ ਨੇ ਇਹਨਾਂ ਨੂੰ ਤਾਂ ਜਾਣਦੇ ਆ ਕਿ ਕਿਸ ਤਰੀਕੇ ਦੇ ਨਾਲ ਰੋਸ ਹੈਗਾ ਤੇ ਇਹਨਾਂ ਦੇ ਵੱਲੋਂ ਵੀ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਪ੍ਰਭ ਪ੍ਰੀਤ ਜੀ ਐਸਐਫੀ ਤੋਂ ਅੱਛਾ ਪ੍ਰਭ ਪ੍ਰੀਤ ਜਿਸ ਤਰੀਕੇ ਦੇ ਨਾਲ ਪੁਲਿਸ ਦੀ ਕਾਰਵਾਈ ਜਾਮੀਆਂ ਇਸਲਾਮੀਆਂ ਯੂਨੀਵਰਸਿਟੀ ਦੇ ਵਿੱਚ ਦੇਖਣ ਨੂੰ ਇਸ ਤੋਂ ਬਾਅਦ ਪੁਲਿਸ ਨੇ ਰਾਤ ਦੇ ਹਨੇਰੇ ਦੇ ਵਿੱਚ ਦਿਨ ਦੇ ਵਿੱਚ ਜਿਸ ਤਰੀਕੇ ਨਾਲ ਲਾਇਬ੍ਰੇਰੀ ਦੇ ਵਿੱਚ ਕਾਰਵਾਈ ਕੀਤੀ ਹੈ ਰਾਤ ਨੂੰ ਹੋਸਟਲ ਦੇ ਵਿੱਚ ਵਿਦਿਆਰਥੀਆਂ ਦੇ ਉੱਤੇ ਤਸ਼ੱਦਦ ਟਾਇਆ ਹੈ ਕੀ ਲੱਗ ਰਿਹਾ ਹੈ ਕਿ ਅਜਿਹੀਆਂ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਕਿਉਂ ਗਈਆਂ ਨੇ ਹਾਲਾਂਕਿ ਪ੍ਰੋਟੈਸਟ ਕਰਨਾ ਰੋਸ ਜ਼ਾਹਰ ਕਰਨਾ ਵਿਦਿਆਰਥੀਆਂ ਦਾ ਜਿਹੜਾ ਹੱਕ ਹੈਗਾ ਹੈ ਵਿਦਿਆਰਥੀਆਂ ਦੇ ਨਹੀਂ ਹਰ ਇੱਕ ਜਿਹੜਾ ਦੇਸ਼ ਦਾ ਨਾਗਰਿਕ ਹੈ ਉਹਦਾ ਹੱਕ ਹੈ ਪਰ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖ ਰਹੇ ਹੋ ਦਰਅਸਲ ਜਦੋਂ ਤੋਂ ਭਾਜਪਾ ਦੀ ਸਰਕਾਰ ਬਣੀ ਹੈ ਉਸ ਤੋਂ ਬਾਅਦ ਆਤੰਕਵਾਦ ਦੀ ਇੱਕ ਨਵੀਂ ਪਰਿਭਾਸ਼ਾ ਆਤੰਕ ਦਾ ਸਿੱਧਾ ਸਮਝ ਇਹ ਹੈ ਕਿ ਲੋਕਾਂ ਨੂੰ ਡਰਾ ਦਿੱਤਾ ਜਾਏ ਅਤਵਾਦੀ ਵੀ ਇਹੀ ਚੀਜ਼ਾਂ ਕਰਦੇ ਸੀਗੇ ਕਿ ਇੱਕ دہشت ਪੈਦਾ ਕੀਤੀ ਜਾਵੇ ਬੜੀ ਹੈਰਾਨੀ ਹੈ ਕਿ ਦਿੱਲੀ ਦੇ ਵਿੱਚ ਇਹ ਕੰਮ ਪੁਲਸ ਨੇ ਕਰਨਾ ਸ਼ੁਰੂ ਕਰ ਦਿੱਤਾ ਇੱਕ ਪੂਰੀ ਮਿਨੋਰਿਟੀ ਦੇ ਦਿਮਾਗ ਦੇ ਵਿੱਚ ਡਰ ਪੈਦਾ ਕੀਤਾ ਜਾ ਰਿਹਾ ਕਿ ਅਸੀਂ ਤੁਹਾਨੂੰ ਮਾਰਾਂਗੇ ਤੇ ਤੁਹਾਨੂੰ ਲਾਇਬ੍ਰੇਰੀਆਂ ਦੇ ਵਿੱਚ ਹੋਸਟਲਾਂ 'ਚ ਵੜ ਕੇ ਮਾਰਾਂਗੇ ਜੇ ਸਟੂਡੈਂਟ ਲਾਇਬ੍ਰੇਰੀ ਦੇ ਵਿੱਚ ਸੇਫ ਨਹੀਂ ਆਪਣੇ ਹੋਸਟਲ 'ਚ ਸੇਫ ਨਹੀਂ ਉਸ ਤੋਂ ਹੋਰ ਕਿਸ ਚੀਜ਼ ਦੀ ਉਮੀਦ ਕੀਤੀ ਜਾ ਸਕਦੀ ਹੈ ਪਿਛਲੇ ਦਿਨੀ ਦਿੱਲੀ ਦੇ ਵਿੱਚ ਪੁਲਿਸ ਤੋਂ ਅਸੀਂ ਇਹ ਆਸ ਕਰ ਰਹੇ ਸੀਗੇ ਕਿ ਸਾਡੀਆਂ ਜੜੀਆਂ ਸਾਥੀ ਜੜੀਆਂ ਨੇ ਕੁਇ ਮਹਿਲਾਵਾਂ ਨੇ ਰਾਤ ਨੂੰ ਸੜਕਾਂ ਦੇ ਉੱਤੇ ਸੁਰੱਖਿਅਤ ਹੋਣ ਪਰ ਇੱਥੇ ਤੇ ਮਹਿਲਾਵਾਂ ਆਪਣੇ ਹੋਸਟਲ 'ਚ ਸੁਰੱਖਿਅਤ ਨਹੀਂ ਜਾਮੀਆਂ ਦੇ ਵਿੱਚ ਰਾਤ ਨੂੰ ਕੁੜੀਆਂ ਦੇ ਹੋਸਟਲ ਦੀਆਂ ਲਾਈਟਾਂ ਬੰਦ ਕਰਵਾਨੀਆਂ ਪਈਆਂ ਉੱਥੇ ਮਹਿਲਾਵਾਂ ਨੂੰ ਇਹ ਕਿਹਾ ਜਾ ਰਿਹਾ ਕਿ ਤੁਸੀਂ ਘਰ ਪੋਸਟਲ ਖਾਲੀ ਹੋ ਰਹੇ ਨੇ ਦਿੱਲੀ ਦੇ ਵਿੱਚ ਕੱਲ ਡੀਯੂ ਦੇ ਅੰਦਰ ਏਬੀਵੀਪੀ ਦੇ ਗੁੰਡਿਆਂ ਨੇ ਮਹਿਲਾਵਾਂ ਨੂੰ ਕੁੱਟਿਆ ਜਿਹੜੀਆਂ ਪ੍ਰੋਟੈਸਟ ਕਰ ਰਹੀਆਂ ਨੇ ਲੋਕਤੰਤਰ ਦੇ ਵਿੱਚੋਂ ਤੁਸੀਂ ਲੋਕ ਹਟਾ ਕੇ ਆਤੰਕਤੰਤਰ ਬਣਾ ਦਿੱਤਾ ਇਹ ਆਪਣੇ ਆਪ ਲਈ ਇੱਕ ਗਲਤ ਸੰਕੇਤ ਹੈ ਤੇ ਅਸੀਂ ਜਿਸ ਚੀਜ਼ ਦਾ ਸ਼ੰਕਾ ਕਰ ਰਹੇ ਸੀ ਕਿ ਸੀਏਬੀ ਆਉਣ ਤੋਂ ਬਾਅਦ ਐਨਆਰਸੀ ਲਾਗੂ ਹੋਣ ਤੋਂ ਬਾਅਦ ਇਹ ਸਭ ਕੁਝ ਹੋਏਗਾ ਇਹਨਾਂ ਨੇ ਉਹਨੂੰ ਕੁਝ ਦਿਨ ਪਹਿਲਾਂ ਸਾਬਤ ਕਰ ਦਿੱਤਾ ਕਿ ਹਾਂ ਇਹ ਹੋਏਗਾ ਤੇ ਏਬੀਵੀਪੀ ਦੇ ਗੁੰਡੇ ਤੇ ਸ਼ਾਹ ਦੇ ਗੁੰਡੇ ਤੇ ਪੁਲਿਸ ਹੱਲ ਕੇ ਦਿੱਲੀ ਦੀਆਂ ਸੜਕਾਂ ਤੇ ਕਰਨਗੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਵਰਿੰਦਰ ਮੈਂ ਐਸ ਵਸਤਾਂ ਅੱਛਾ ਵਰਿੰਦਰ ਜਿਸ ਤਰੀਕੇ ਦੇ ਨਾਲ ਜਾਮੀਆਂ ਦੇ ਵਿੱਚ ਪੁਲਿਸ ਦਾ ਤਸ਼ੱਦਦ ਦੇਖਣ ਦੇ ਵਿੱਚ ਆਇਆ ਵਿਦਿਆਰਥੀ ਉਹਦੇ ਜਿਸ ਤਰੀਕੇ ਦੇ ਨਾਲ ਤਸ਼ੱਦਦ ਟਾਇਆ ਗਿਆ ਕੀ ਕਾਰਨ ਮੰਨਦੇ ਹੋ ਕਿ ਅਜਿਹੀ ਨੌਬਤ ਪੁਲਿਸ ਨੂੰ ਕਿਉਂ ਆਈ ਕਿ ਉਸਨੇ ਜਿਹੜਾ ਹੈਗਾ ਦਿਨ ਤੇ ਰਾਤ ਦੇ ਹਨੇਰੇ ਦੇ ਵਿੱਚ ਇਸ ਤਰੀਕੇ ਦੇ ਨਾਲ ਤਸ਼ੱਦਦ ਟਾਇਆ ਯਾਰ ਪਹਿਲੀ ਗੱਲ ਤਾਂ ਇਹ ਸਾਫ ਹੈ ਪੁਲਿਸ ਕੋਈ ਦੰਦ ਤੋਂਤੀ ਨਹੀਂ ਹੁੰਦੀ ਇਹ ਲਾਅਨ ਆਰਡਰ ਦੇ ਥੱਲੇ ਹਰੇਕ ਪ੍ਰੋਟੈਸਟ ਤੇ ਵਿਦਿਆਰਥੀਆਂ ਨੂੰ ਜਾਂ ਜੋ ਵੀ ਧਰਨਾ ਮਜਹਰਾ ਕਰਦਾ ਉਹਨੂੰ ਐਂ ਹੀ ਕੁਚਲਦੀ ਹੁੰਦੀ ਐ ਪੁਲਿਸ ਦਾ ਕੈਰੇਕਟਰ ਹੈਗਾ ਵਾ ਤੇ ਦੂਜੀ ਗੱਲ ਜਾਮੀਆਂ ਤੇ ਹੋਇਆ ਐਮਯੂ ਤੇ ਹੋਇਆ ਅਸਲ ਦੇ ਵਿੱਚ ਕਿ ਪਿਛਲੇ ਸਾਲਾਂ ਦੇ ਵਿੱਚ ਪਹਿਲੀ ਵਾਰੀ ਮੁਸਲਮਾਨ ਭਾਰਤ ਦੇ ਮੁਸਲਮਾਨ ਸੜਕਾਂ ਤੇ ਆਏ ਆ ਇਸ ਬਿੱਲ ਦੇ ਵਿਰੋਧ ਚ ਇਸ ਐਕਟ ਦੇ ਵਿਰੋਧ ਚ ਇਹ ਜਿਹੜੀਆਂ ਦੋ ਯੂਨੀਵਰਸਿਟੀਆਂ ਵਾਂ ਇੱਥੇ ਬਹੁ ਗਿਣਤੀ ਮੁਸਲਮਾਨ ਵਿਦਿਆਰਥੀਆਂ ਦੀ ਆ ਇਹ ਯੂਨੀਵਰਸਿਟੀ ਅਸਲ ਦੇ ਵਿੱਚ ਇਸਲਾਮਿਕ ਟੈਂਪਰਮੈਂਟ ਦੇ ਬੁਨਿਆਦ ਤੇ ਬਣੀਆਂ ਤੇ ਉਹ ਮੁਸਲਮਾਨਾਂ ਨੂੰ ਮੈਸੇਜ ਦੇਣ ਦੀ ਕੋਸ਼ਿਸ਼ ਆ ਵੀ ਜੇ ਤੁਸੀਂ ਅਬਦੇ ਸੜਕਾਂ ਤੋਂ ਘਰੇ ਨਹੀਂ ਗਏ ਤਾਂ ਤੁਹਾਡੇ ਨਾਲ ਵੀ ਇੰਜ ਹੀ ਕੀਤੀ ਜਾਊਗੀ ਹੁਣ ਪੁਲਿਸ ਐਨੀ ਤਿਆਰੀ ਕਰਕੇ ਆਉਂਦੀ ਆ ਪੁਲਿਸ ਗਲ ਹੋਸਟਾਂ ਚ ਵੱਡ ਜਾਂਦੀ ਆ ਪੁਲਿਸ ਲੈਬਰੀ ਚ ਵੱਡ ਜਾਂਦੀ ਆ ਇਹ ਕਿਵੇਂ ਹੋ ਗਿਆ ਪੁਲਿਸ ਨੂੰ ਕੀ ਪਤਾ ਸੀ ਇੱਥੇ ਇੱਥੇ ਵਿਦਿਆਰਥੀ ਬੈਠੇ ਨੇ ਤਾਂ ਇਹ ਸਿੱਧਾ ਸਿੱਧਾ ਸਪਸ਼ਟ ਚੰਨਾ ਉਲਡ ਬਾਹਰ ਵਿਰੋਧ ਕਰ ਰਹੇ ਆ ਵੀ ਤੁਹਾਡੇ ਨਾਲ ਵੀ ਇੰਜ ਹੀ ਬਣੂਗੀ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਤਿ ਸ਼੍ਰੀ ਅਕਾਲ ਜੀ ਹਾਂ ਅਵੇਲਾ ਅਵੇਲਾ ਸ਼ਰਸ਼ਕਾ ਅੱਛਾ ਵਿਲਾਸ਼ ਜਿਸ ਤਰੀਕੇ ਦੇ ਨਾਲ ਕਾਰਵਾਈ ਹੁੰਦੀ ਹੈ ਜਾਮੀਆਂ ਦੇ ਵਿੱਚ ਵਿਦਿਆਰਥੀ ਦੇ ਉੱਤੇ ਤਸ਼ੱਦਦ ਟਾਇਆ ਜਾਂਦਾ ਵਿਦਿਆਰਥੀ ਫਟੜ ਹੁੰਦੇ ਨੇ ਕੀ ਕਾਰਨ ਮੰਨਦੇ ਹੋ ਕਿ ਕਿਉਂ ਅਜਿਹੀਆਂ ਕਾਰਵਾਈਆਂ ਪੁਲਿਸ ਦੇ ਵੱਲੋਂ ਕੀਤੀਆਂ ਗਈਆਂ ਨੇ ਜਾਂ ਫਿਰ ਇਸ ਤੋਂ ਬਾਅਦ ਵਿਦਿਆਰਥੀਆਂ ਦੇ ਉੱਤੇ ਜਿਹੜਾ ਪੁਲਿਸ ਦਾ ਅਟੈਕ ਹੋਇਆ ਹੈ ਤੁਹਾਨੂੰ ਲੱਗਦਾ ਕਿਤਨਾ ਕਿਤੇ ਵਿਦਿਆਰਥੀਆਂ ਦੇ ਹੱਕ ਮਾਰੇ ਜਾ ਰਹੇ ਨੇ अगर आप ये रीसेंट आ, सालों में देखें तो आप देखेंगे कि जो पॉलिटिकल अपोजिशन है वो एक पर गया है और जो मूवमेंट्स है वो शायद ले आप फी हाइक से लेकर एन टी सी मूमेंट तक हो वो स्टूडेंट्स लीड कर रहे हैं तो गवर्नमेंट का ये ट्रेंड रहा है कि जितने भी स्टूडेंट मूवमेंट हो उनको दबाया जाए स्टूडेंट को कुचला जाए और एम और जे जामिया में जो हुआ डे वॉन्टेड टू सेट एन एग्जाम्पल कि अगर आप विरोध करोगे अगर आप लोग हम लोग के खिलाफ बोलोगे तो आप लोग के साथ भी ऐसा ही होगा ਅੱਛਾ ਕੀ ਕਾਰਨ ਮੰਨਦੇ ਹੋ ਕਿ ਜਦੋਂ ਵਿਦਿਆਰਥੀ ਜਥੇਬੰਦੀਆਂ ਇਸ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਦੀਆਂ ਨੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਵੱਖਰੇਵੇਂ ਦੇਖਣ ਨੂੰ ਆਉਂਦੇ ਨੇ ਇੱਕ ਜਥੇਬੰਦੀ ਕਿਸੇ ਹੋਰ ਪਾਰਟੀ ਦੇ ਨਾਲ ਹੁੰਦੀ ਹੈ ਇੱਕ ਜਥੇਬੰਦੀ ਕਿਸੇ ਹੋਰ ਪਾਰਟੀ ਦੇ ਨਾਲ ਹੁੰਦੀ ਹੈ ਕਾਰਨ ਕੀ ਮੰਨਦੇ ਹੋ ਕਿ ਵਿਦਿਆਰਥੀਆਂ ਦਾ ਵਿੱਚ ਵੀ ਜਿਹੜਾ ਏਕਾ ਨਹੀਂ ਦੇਖਣ ਨੂੰ ਮਿਲ ਰਿਹਾ ਕੁਝ ਵਿਦਿਆਰਥੀ ਜਿਹੜੇ ਹੈਗੇ ਨੇ ਉਹ ਸਰਕਾਰ ਦਾ ਪੱਖ ਪੂਰ ਰਹੇ ਨੇ ਤਾਂ ਕੁਝ ਲੋਕਾਂ ਦਾ ਪੂਰ ਰਹੇ ਨੇ ਆਪਸ ਦੇ ਵਿੱਚ ਜਿਹੜੀ ਸਹਿਮਤੀ ਨਹੀਂ ਦਿਖ ਰਹੀ सहमति तो आप अगर क्लियरली देखा जाए तो एक ग्रुप को छोड़ के बाकी सब जितने भी छात्र जत्थेबंदियाँ हैं वो तो साथ में ही है वो सरकार के खिलाफ लड़ रही है जो सरकार के पक्ष में है उनको कल देखा गया डी में जो लड़कियों को पीट रहे थे जो लड़कों को पीट रहे थे जो हॉस्टलों में घुस के लोगों को धमकिया दे रहे थे लोगों को सड़कों पर पूछ रहे थे कि आप सी के समर्थन में हो या विरोध में हो और उसके बाद उनको पीट रहे थे तो एक जथाबंदी को छोड़ के बाकी सारे तो आज इकट्ठे हैं सरकार के खिलाफ लड़ रहे हैं अच्छा की कारण मान दो हो कि जहाँ घटनावं रोकने के लिए सरकार ने ज विद्यार्थियों को किस तरीके अगे होना चाहिए है जामिया जामियादी घटना मैं खास करके देख रहा हूँ अभी ये एक डेमोक्रेटिक देश है तो जब डेमोक्रेटिक वे में आप प्रोटेस्ट कर रहे हैं उसके बाद भी अगर आप लोगों के ऊपर डंडे बरसाए जा रहे हैं तो ये बहुत एक कॉम्प्लीकेटेड सा सवाल हो जाता है कि आप किस तरीके से प्रोटेस्ट करें तब भी हम लोग को एक डेमोक्रेटिक वे और एक पीसफुल वे में प्रोटेस्ट करना चाहिए और जब तक ਇਹ ਸਰਕਾਰ ਹਮ ਲੋਕ ਦੀ ਆਵਾਜ਼ ਨਹੀਂ ਸੁਣਦੀ ਹੈ ਤਾਂ ਇਹ ਜੋ ਹਮ ਲੋਕ ਦਾ ਲੜਾਈ ਹੈ ਇਸ ਕੋ ਲੰਬਾ ਕੀਸਣਾ ਪੜੇਗਾ ਜੀ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਸੋ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਕਹਿਣਾ ਹੈ ਕਿ ਤਨਾ ਕਿਤੇ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਜਾਂ ਪੁਲਿਸ ਨੇ ਇਸ ਨੂੰ ਲੈ ਕੇ ਜਿਹੜੀ ਕਾਰਵਾਈ ਕੀਤੀ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹ ਸਰਾਸਰ ਗਲਤ ਤਰੀਕੇ ਦੇ ਨਾਲ ਕਾਰਵਾਈ ਕੀਤੀ ਗਈ ਹੈ ਤੇ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਧੱਕਾ ਕੀਤਾ ਗਿਆ ਸੋ ਇੱਥੇ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਇੱਕ ਤੋਂ ਬਾਅਦ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪੰਜਾਬ ਬੋਲਦਾ ਦੇ ਵਿੱਚ ਤੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਜਾਮੀਆ ਦੇ ਵਿੱਚ ਪੁਲਿਸ ਦਾ ਤਸ਼ੱਦਦ ਦੇਖਣ ਨੂੰ ਆਇਆ ਉਸ ਤੋਂ ਪੰਜਾਬ ਦੇ ਵਿੱਚ ਵੀ ਰੋਸ ਹੈਗਾ ਹੈ ਤੇ ਵਿਦਿਆਰਥੀ ਕੀ ਸੋਚ ਰਹੇ ਨੇ ਗੱਲਬਾਤ ਕਰਦੇ ਹਾਂ ਸਸ਼ੀਕਲ ਜੀ ਸਸ਼ੀਕਲ ਕੀ ਨਾਮ ਹੈ ਮੇਰਾ ਨਾਮ ਪ੍ਰਿਆ ਮੈਂ ਐਸਐਫਐਸ ਤੋਂ ਹਾਂ ਅੱਛਾ ਪ੍ਰਿਆ ਜਿਸ ਤਰੀਕੇ ਦੇ ਨਾਲ ਜਾਮੀਆ ਦੇ ਵਿੱਚ ਪੁਲਿਸ ਦਾ ਤਸ਼ੱਦਦ ਦੇਖਣ ਦੇ ਵਿੱਚ ਆਇਆ ਕੀ ਸੋਚ ਰਹੇ ਹੋ ਕਿ ਪੁਲਿਸ ਨੇ ਇਸ ਤਰੀਕੇ ਦੇ ਨਾਲ ਕਾਰਵਾਈ ਕਿਉਂ ਕੀਤੀ ਹੈਗੀ ਸਭ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਕੋਈ ਵੀ ਐਦਾਂ ਦਾ ਬਿੱਲ ਪਹਿਲਾਂ ਪਾਰਲੀਮੈਂਟ ਦੇ ਵਿੱਚ ਆ ਜਾਂਦਾ ਜਿਹੜਾ ਕਿ ਐਂਟੀ ਮਿਨੋਰੀਟੀ ਹੁੰਦਾ ਐਂਟੀ ਦਲਿਤ ਹੁੰਦਾ ਤੇ ਪੂਰੇ ਤੋਂ ਪੂਰਾ ਲੋਕ ਵਿਰੋਧੀ ਹੁੰਦਾ ਤੇ ਜਦੋਂ ਇਹਦੇ ਇਹ ਜਿਹੇ ਬਿੱਲ ਦੇ ਖਿਲਾਫ ਜਦੋਂ ਲੋਕ ਸੜਕਾਂ ਦੇ ਉੱਤੇ ਆਉਂਦੇ ਨੇ ਤਾਂ ਸਾਰੀ ਦੀ ਸਾਰੀ ਡਿਬੇਟ ਨੂੰ ਵਾਇਲੈਂਸ ਤੇ ਨੌਨ ਵਾਇਲੈਂਸ ਦੇ ਵਿੱਚ ਉਲਝਾ ਦਿੱਤਾ ਜਾਂਦਾ ਮਤਲਬ ਐਦਾਂ ਦਾ ਕਾਮਿਊਨਲ ਬਿੱਲ ਆਣਾ ਜਿੱਥੇ ਇੱਕ ਕਮਿਊਨਿਟੀ ਨੂੰ ਸਿੱਧਾ ਦਾ ਸਿੱਧਾ ਟਾਰਗੇਟ ਕੀਤਾ ਗਿਆ ਕਿ ਇਹ ਵਾਇਲੈਂਸ ਨਹੀਂ ਹੈਗਾ ਜਦੋਂ ਪੁਲਿਸ ਜ਼ਬਰਦਸਤੀ ਲਾਇਬ੍ਰੇਰੀਆਂ ਦੇ ਅੰਦਰ ਕੁਸਕੇ ਵਾਸ਼ਰੂਮਾਂ ਦੇ ਅੰਦਰ ਕੁਸਕੇ ਸਟ ਗਾਵ ਮੈਨੂੰ ਜ਼ਬਰਦਸਤੀ ਡਿਟੈਂਸ਼ਨ ਸੈਂਟਰਾਂ ਦੇ ਵਿੱਚ ਦੋ ਤੁਸੀਂ ਲੋਕਾਂ ਨੂੰ ਮਰਨ ਕਿਨਾਰੇ ਪਹੁੰਚਾ ਦਿੰਦੇ ਹੋ ਕੀ ਇਹ ਵਾਇਲੈਂਸ ਨਹੀਂ ਹੈਗਾ ਮਤਲਬ 1 ਲੱਖ ਦੀ ਬੱਸ ਦੀ ਫਿਕਰ ਹੈ ਇੱਥੇ ਇਹਨਾਂ ਨੂੰ ਪਰ ਜਿਹੜੇ ਸਟੂਡੈਂਟਸ ਦੀ ਮਤਲਬ ਜਿਹੜੇ ਜ਼ਿੰਦਗੀਆਂ ਨੇ ਜੇ ਮਰਨ ਕਿਨਾਰੇ ਪਹੁੰਚਾਏ ਹੋਏ ਨੇ ਉਹਦੀ ਫਿਕਰ ਨਹੀਂ ਹੈਗੀ ਉਹ ਵਾਇਲੈਂਸ ਨਹੀਂ ਲੱਗਦਾ ਪਹਿਲੀ ਗੱਲ ਤੋਂ ਮੈਨੂੰ ਲੱਗਦਾ ਜਿਹੜੀ ਪੂਰੀ ਡਿਬੇਟ ਹੈ ਜਿਹੜੀ ਉਹ ਵਾਇਲੈਂਸ ਤੇ ਨਾਨ ਵਾਇਲੈਂਸ ਤੇ ਆ ਕੇ ਟਿਕ ਜਾਂਦੀ ਹੈ ਇਹਨੂੰ ਚੇਂਜ ਕਰਨਾ ਚਾਹੀਦਾ ਕਿ ਕੀ ਇਹ ਬਿਲ ਆ ਨਾ ਸਹੀ ਹੈ ਜਾਂ ਗਲਤ ਹੈ ਸਾਫ਼ ਤਰੀਕੇ ਤੇ ਕਿਸੇ ਯੂਨੀਵਰਸਿਟੀ ਦੇ ਅੰਦਰ ਜਿਹੜੀ ਸਿਕਿਉਰਿਟੀ ਹ ਪੁਲਿਸ ਪੂਰੀ ਸੇਫਟੀ ਦੇ ਨਾਲ ਪੂਰੀ ਆਪਣੀ ਸਿਕਿਉਰਿਟੀ ਨਾਲ ਆ ਕੇ ਨਹੀਂ ਹੱਥੇ ਸਟੂਡੈਂਟਸ ਨੂੰ ਲਾਇਬ੍ਰੇਰੀਆਂ ਦੇ ਅੰਦਰ ਜਾ ਕੇ ਮਾਰ ਰਹੀ ਹੈ ਵਾਸ਼ਰੂਮਾਂ ਦੇ ਅੰਦਰ ਜਾ ਕੇ ਮਾਰ ਰਹੀ ਹੈ ਉਸ ਤੋਂ ਬਿਨਾ ਮਤਲਬ ਜਿਹੜੀ ਆਪਾਂ ਵੀਡੀਓਜ਼ ਵੀ ਦੇਖ ਰਹੇ ਆ ਉਹਦੇ ਵਿੱਚ ਜਿਹੜੀ ਪੁਲਿਸ ਆ ਉਹ ਖੁਦ ਮਤਲਬ ਜਿਹੜੀ ਵਾਇਲੈਂਸ ਕਰਦੀ ਹੈ ਜਾਂ ਫਿਰ ਆਪਾਂ ਕਹਿੰਦੇ ਆ ਕਿ ਪਬਲਿਕ ਪ੍ਰੋਪਰਟੀ ਨੂੰ ਡਿਸਟਰੋਏ ਕਰਦੀ ਵੀ ਆਪਾਂ ਦੇਖ ਸਕਦੇ ਆ ਤਾਂ ਵੀ ਜਿਹੜਾ ਸਵਾਲ ਆ ਸਟੂਡੈਂਟਸ ਤੇ ਕੀਤਾ ਜਾਂਦਾ ਕਿ ਇਹਨਾਂ ਨੇ ਵਾਇਲੈਂਸ ਕੀਤਾ ਤਾਂ ਇਹ ਗਲਤ ਸੀ ਤਾਂ ਅਸੀਂ ਕਹਿੰਦੇ ਆ ਕਿ ਐਦਾਂ ਦਾ ਬਿਲ ਆਉਣਾ ਵੀ ਇੱਕ ਵਾਇਲੈਂਸ ਹੈਗਾ ਤੇ ਉਹਦੇ ਵੀ ਅਸੀਂ ਖਿਲਾਫ ਆ एबीवीपी ਉਤੇ ਇਲਜ਼ਾਮ ਲੱਗ ਰਹੇ ਨੇ ਕਿਉਂਕਿ ਪੀਜੀਯੂ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਜਥੇਬੰਦੀਆਂ ਦੇ ਵੱਲੋਂ ਵੀ ਇਲਜ਼ਾਮ ਤਰਾਸ਼ੀਆਂ ਕੀਤੀਆਂ ਗਈਆਂ ਨੇ ਪ੍ਰੋਟੈਸਟ ਵੀ ਕੀਤੇ ਗਏ ਨੇ ਕਾਰਨ ਕਿ ਮੰਨਦੇ ਹੋ ਕਿ ਕਿਉਂ ਜਿਹੜੀਆਂ ਇਸ ਤਰੀਕੇ ਦੇ ਨਾਲ ਜਥੇਬੰਦੀਆਂ ਅਜਹੀਆਂ ਜਦੋਂ ਵਿਦਿਆਰਥੀਆਂ ਦੇ ਉੱਤੇ ਗੱਲ ਆਉਂਦੀ ਹੈ ਤਾਂ ਉਸ ਸਮੇਂ ਵੀ ਜਿਹੜੀ ਹੈਗੀ ਇੱਕ ਜੁਟਤਾ ਦੇਖਣ ਨੂੰ ਨਹੀਂ ਮਿਲ ਰਹੀ ਦੇਖੋ ਜੀ ਪਰਸਪੈਕਟਿਵ ਸਭ ਦਾ ਆਪਣਾ ਆਪਣਾ ਹੋ ਸਕਦਾ ਡੈਮੋਕ੍ਰੈਟਿਕ ਨੇਸ਼ਨ ਆ ਆਪਣਾ ਹਰ ਇੱਕ ਬੰਦਾ ਆਪਣਾ ਪੱਖ ਰੱਖ ਸਕਦਾ ਆ ਪੱਖ ਰੱਖਣ ਦਾ ਇੱਕ ਕਾਇਦਾ ਹੁੰਦਾ ਵੀ ਕਿਵੇਂ ਅਸੀਂ ਉਸ ਚੀਜ਼ ਨੂੰ ਲੀਡ ਕਰਨਾ ਆ ਠੀਕ ਹੈ ਬਿਲ ਤੇ ਨਾ ਮੰਜੂਰੀ ਹੋ ਸਕਦੀ ਲੋਕਾਂ ਨੂੰ ਪਰ ਕੀ ਕਿਸੇ ਵਾਇਲੈਂਸ ਨੂੰ ੜਕਾਣਾ ਫਿਰ ਉਹਨੂੰ ਆਪ ਹੀ ੜਕਾ ਕੇ ਆਪ ਹੀ ਰੋਣਾ ਵੀ ਜੀ ਸਾਡੇ ਨਾਲ ਐ ਹੋ ਗਿਆ ਇਸ ਜਗ੍ਹਾ ਤੇ ਐ ਹੋ ਗਿਆ ਜਿਹੜੇ ਵੀ ਹੁਣ ਆਪਾਂ ਜਾਮੀ ਅੱਜ ਦੇਖ ਰਹੇ ਆ ਐਮਯੂਚ ਦੇਖ ਰਹੇ ਆ ਸਟੂਡੈਂਟਸ ਕਰ ਰਹੇ ਨੇ ਵੀ ਸਟੂਡੈਂਟਸ ਬੜਾ ਅਤਿਆਚਾਰ ਹੋ ਰਿਹਾ ਪਹਿਲੀ ਗੱਲ ਤਾਂ ਪੁਲਿਸ ਦੇ ਹੱਕ ਚ ਵਿਦਿਆਰਥੀ ਪਰਿਸ਼ਦ ਨਾ ਕਦੇ ਖੜੀ ਸੀ ਨਾ ਖੜੇਗੀ ਪੁਲਿਸ ਦੇ ਐਕਟ ਨੂੰ ਅਸੀਂ ਬਿਲਕੁਲ ਕੰਡਮ ਕਰਦੇ ਆ ਪਰ ਜਿਹੜਾ ਉੱਥੇ ਵਾਇਲੈਂਸ ਦੇ ਮੁੱਦਾ ਪਟਕਿਆ ਇਹ ਉਹ ਯੂਨੀਵਰਸਿਟੀਆਂ ਨੇ ਦੋ ਜਿਹੜੇ ਕੀ ਰਿਜ਼ਰਵੇਸ਼ਨ ਸਿਰਫ ਰਿਲੀਜੀਅਨ ਬੇਸ ਤੇ ਲਾਗੂ ਕਰਦੀਆਂ ਤੇ ਉਹੀ ਸੈਕੂਲਰਿਜ਼ਮ ਦੀ ਗੱਲ ਕਰ ਰਹੀਆਂ ਉਹੀ ਸੈਕੂਲਰਿਜ਼ਮ ਦੀ ਦੋਹਾਈ ਦੇ ਰਹੀਆਂ ਨੇ ਤੇ ਇਸ ਤੋਂ ਬਾਅਦ ਚਲੋ ਉਹ ਵੀ ਠੀਕ ਹੈ ਪਰ ਉਹ ਤਾਂ ਬੜੀਆਂ ਧਰਮ ਦੇ ਆਧਾਰ ਤੇ ਨਹੀਂ ਦੇਖੋ ਫਿਰ ਤੁਸੀਂ ਸੈਕੂਲਰ ਸ਼ਬਦ ਨੂੰ ਕਿਵੇਂ ਦੋ ਚੀਜ਼ਾਂ ਨੂੰ ਕਿਵੇਂ ਕੰਪੈਰੀਸਨ ਕਰ ਸਕਦੇ ਹੋ ਫਿਰ ਉਹ ਤਾਂ ਹਾਈਪੋਕ੍ਰੀਸੀ ਦੀ ਗੱਲ ਹੋ ਗਈ ਵੀ ਅਸੀਂ ਆਪਣੇ ਤਾਂ ਰਿਲੀਜੀਅਨ ਬੇਸ ਤੇ ਦਵਾਂਗੇ ਜਿਹੜਾ ਕੋਟਾ ਰਿਜ਼ਰਵੇਸ਼ਨ ਦਵਾਂਗੇ ਪਰ ਗੱਲ ਅਸੀਂ ਸੈਕੂਲਰਿਜ਼ਮ ਦੀ ਕਰਾਂਗੇ ਤਾਂ ਇਹਨਾਂ ਦਾ ਜਿਹੜਾ ਹਾਈਪੋਕ੍ਰੀਸੀ ਹੈ ਨਾ ਜਿਹੜਾ ਫੇਕ ਤਾ ਉਸ ਸੁੰਗੜ ਦੀ ਮਾਨਸਿਕਤਾ ਹੈ ਜਿਹੜੀ ਅੱਜ ਸਿਰ ਚੜ ਕੇ ਬੋਲ ਰਹੀ ਹੈ ਇਹ ਤੁਸੀਂ ਪੰਜਾਬ ਯੂਨੀਵਰਸਿਟੀ ਵੀ ਦੇਖਿਆ ਜਣਾ 2017 ਦੇ ਵਿੱਚ ਪ੍ਰੋਟੈਸਟ ਹੋਇਆ ਸੀਗਾ ਕਿ ਕਿਵੇਂ ਇੱਕ ਪ੍ਰੋਟੈਸਟ ਦੇ ਰਾਹੀਂ ਇੱਕ ਏਜੰਡੇ ਨੂੰ ਮੋਟਿਵ ਬਣਾਇਆ ਜਾਂਦਾ ਉਸ ਏਜੰਡੇ ਦੇ ਤਹਿਤ ਪਹਿਲਾਂ ਪ੍ਰਸ਼ਾਸਨ ਨਾਲ ਜਾਂ ਪੁਲਿਸ ਨਾਲ ਪੰਗੇ ਲੈਣੇ ਫਿਰ ਕੋਈ ਜਾ ਕੇ ਕਲਾਸ ਰੂਮ ਚ ਬੜ ਰਿਹਾ ਕੋਈ ਜਾ ਕੇ ਜਿਹੜੀ ਜਥੇਬੰਦੀਆਂ ਸੀਗੀਆਂ ਖੱਬੇ ਪੱਖੀ ਜਿੰਨੀ ਉਹ ਜਥੇਬੰਦੀਆਂ ਨੇ ਇਹਨਾਂ ਦਾ ਇਤਿਹਾਸ ਇਹੀ ਰਿਹਾ ਹੁਣੇ 1:05 ਮਿੰਟ ਦੀ ਖਬਰ ਹੈ 8 ਮਿੰਟ ਹੋਇਆ ਸਿਰਫ ਕੇਰਲਾ ਦੇ ਵਿੱਚ ਫੇਰ ਇੱਕ ਬੀਬੀ ਦੇ ਕਾਰਗਰਤਾ ਦਾ ਮਰਡਰ ਕੀਤਾ ਗਿਆ ਵਰਮਾ ਕਾਲਜ ਟਰਸਰ ਦੇ ਵਿੱਚ ਤੇ ਇਹ ਲੋਕ ਗੱਲ ਐਸਐਫਆਈ ਦੇ ਗੁੰਡਿਆਂ ਨੇ ਤੇ ਇਹ ਲੋਕ ਗੱਲ ਕਰਦੇ ਨੇ ਵੀ ਮੇਰਾ ਵੀ ਸਵਾਲ ਉਹੀ ਆ ਨਾ ਵੀ ਜਦੋਂ ਵਿਦਿਆਰਥੀਆਂ ਦੀ ਹੱਕਾਂ ਦੀ ਗੱਲ ਆਉਂਦੀ ਹੈ ਤਾਂ ਉਹਦੇ ਵੀ ਵਿਦਿਆਰਥੀ ਜਥੇਬੰਦੀਆਂ ਸਿਆਸੀ ਤੌਰ ਦੇ ਉੱਤੇ ਇਕਜੁੱਟ ਹੋਣ ਦੀ ਕੋਸ਼ਿਸ਼ ਦੇ ਵਿੱਚ ਹੁੰਦੀਆਂ ਨੇ ਪਰ ਇਕਜੁੱਟ ਹੁੰਦੀਆਂ ਕਿਉਂ ਨਹੀਂ ਅਜੇ ਵੀ ਅਸੀਂ ਇੱਕ ਸਿਆਸਤ ਦੀ ਇੱਕ ਦੇ ਉੱਤੇ ਕਤਲ ਦੇ ਇਲਜ਼ਾਮ ਲਗਾ ਰਹੇ ਨੇ ਕੋਈ ਵੀ ਇੱਕ ਦੂਜੇ ਦੇ ਨਾਲ ਜਿਹੜੀਆਂ ਮੈਂਟੈਲਿਟੀ ਉਹਨਾਂ ਦੀ ਇੱਕ ਇਕਜੁੱਟ ਨਹੀਂ ਹੋ ਰਹੀ ਹੈਗੀ ਨਹੀਂ ਆਪਾਂ ਹੁਣ ਥੋੜੀ ਦੇਰ ਪਹਿਲਾਂ ਸੁਣਦੇ ਸੀ ਇੱਕ ਮੇਰਾ ਵੀਰ ਕਹਿ ਰਿਹਾ ਸੀ ਵੀ ਗੁੰਡਾ ਗਰੁੱਪ ਚੱਲ ਰਿਹਾ ਜੀ ਗੁੰਡਾ ਗਰੁੱਪ ਤਾਂ ਚੱਲ ਰਿਹਾ ਪਰ ਕਿਹਦਾ ਚੱਲ ਰਿਹਾ ਇਹ ਦੇਖਣਾ ਪਊ ਨਾ ਇਹ ਕਿੱਥੋਂ ਦੇਖਾਂਗੇ ਇਹ ਜਮਹੂਰੀਅਤ ਦੀ ਐ ਡੈਮੋਕ੍ਰੇਸੀ ਦੀ ਬਿਊਟੀ ਆ ਵੀ ਇੱਕ ਵਿਚਾਰ ਦੇ ਲੋਕ ਸਾਰੇ ਇੱਕ ਇੱਕ ਵਿਚਾਰ ਦੇ ਨਹੀਂ ਅੱਡ ਅੱਡ ਵਿਚਾਰ ਦੇ ਹੁੰਦੇ ਆ ਪਰ ਕਿਵੇਂ ਦੇ ਧੱਜੀਆਂ ਡਾਈਆਂ ਜਾ ਰਹੀਆਂ ਨੇ ਕਿ ਜਿੱਥੇ ਤਾਂ ਇਹਨਾਂ ਦਾ ਬੱਸ ਚੱਲਦਾ ਆ ਉੱਥੇ ਤਾਂ ਮਰਡਰ ਤੱਕ ਜਾ ਰਹੇ ਆ ਇੱਥੇ ਪਤਾ ਹੈ ਵੀ ਇੱਥੇ ਸੈਕੂਲਰ ਐਲੀਮੈਂਟ ਹੈਗਾ ਆ ਤੇ ਉਹਨੂੰ ਐਕਸੈਪਟ ਕਰਦੇ ਸਾਰੇ ਇੱਥੇ ਹਰ ਗੱਲ ਦੀ ਦੁਹਾਈ ਦੇਣਗੇ ਤਾਂ ਜਿਹੜੀ ਹਾਈਪੋਕ੍ਰੀਸੀ ਹੈ ਨਾ ਅਸੀਂ ਤੁਹਾਡੇ ਵਰਗੇ মিডিਆ ਹੌਸਿਸ ਤੋਂ ਅਪੀਲ ਕਰਦੇ ਆ ਕਿ ਹਾਈਪੋਕ੍ਰੀਸੀ ਨੂੰ ਐਕਸਪੋਜ਼ ਕੀਤਾ ਜਾਵੇ ਇਹ ਜਿਹੜੀ ਦੋ ਤਰੀਕੇ ਦੀ ਦੋਗਲੀ ਰਾਜਨੀਤੀ ਚੱਲਦੀ ਆ ਇਹ ਨਹੀਂ ਚੱਲਣੀ ਚਾਹੀਦੀ ਵਿਦਿਆਰਥੀਆਂ ਦਾ ਮਤ ਹੋਵੇ ਜ਼ਰੂਰ ਹੋਵੇ ਉਹਨੂੰ ਰੱਖਣ ਦੇ ਇੱਕ ਢੰਗ ਹੋਣਾ ਚਾਹੀਦਾ ਹਮੇਸ਼ਾ ਵਾਇਲੈਂਸ ਭੜਕਾ ਕੇ ਫਿਰ ਕਿੰਨੇ ਦੇ ਗਰੁੱਪ ਆ ਜਾਂਦਾ ਹਿਊਮਨ ਰਾਈਟਸ ਦੇ ਅੱਗੇ ਵਕੀਲ ਵੀ ਹੈਗੇ ਇਹਨਾਂ ਕੋ ਜਿਹੜੇ ਇਹਨਾਂ ਦੇ ਬੜੀ ਦੁਹਾਈ ਦਿੰਦੇ ਕੋਰਟ ਦੇ ਵਿੱਚ ਉਹ ਨੌਬਤ ਨੂੰ ਫਾਈਂਡ ਆਊਟ ਕਰਨ ਦੀ ਲੋੜ ਆ ਫਿਰ ਇੱਕ ਇਹਨਾਂ ਦਾ মিডিਆ ਜਿਹੜਾ ਗਰੁੱਪ ਬੈਠਾ ਆ ਉਹ ਬੜਾ ਹਾਈਲਾਈਟ ਕਰਦਾ ਇਸ ਚੀਜ਼ ਨੂੰ ਪਰ ਇਹ ਚੀਜ਼ਾਂ ਇਹ ਦੁਕਾਨਦਾਰੀਆਂ ਜ਼ਿਆਦਾ ਟਾਈਮ ਦੀਆਂ ਰਹੀਆਂ ਨਹੀਂ ਇਹਨਾਂ ਦੀਆਂ ਇਹਨਾਂ ਨੂੰ 21 ਬਸ ਮੰਗ ਆ ਵੀ ਜੇ ਕੁਝ ਇੰਪਰੂਵਮੈਂਟ ਚਾਹਣੇ ਵੀ ਆ ਨਾ ਤਾਂ ਉਹਦਾ ਇੱਕ ਪ੍ਰੋਪਰ ਤਰੀਕਾ ਹੁੰਦਾ ਇਕੱਠੇ ਹੋ ਕੇ ਡੈਲੀਗੇਸ਼ਨ ਬਣਾਈਏ ਉਹ ਆਪਣੀ ਗੱਲ ਨੂੰ ਕੇ ਪਰਸੂ ਕਰੀਏ ਇਹ ਭੰਨ ਤੋੜ ਜ਼ਿਆਦਾ ਦੇਰ ਨਹੀਂ ਚੱਲਣੀ ਹੈਗੀ ਇਹਨਾਂ ਨੂੰ ਸਮਝ ਲੈਣੀ ਚਾਹੀਦੀ ਇਹ ਗੱਲ ਆਪਣੀ ਬਹੁਤ ਬਹੁਤ ਧੰਨਵਾਦ ਅਸੀ ਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਪ੍ਰਿਆ अच्छा प्रिया जिस तरीके दे नाल नागरिकता कानून जेड़ा हैगा लागू हुंदा उस के बाद उरस प्रदर्शन हुंदे ने नागरिकता कानून दे हक दे विच है बीबीपी जी बिल्कुल बिल्कुल हक दे विच आ ਸਾਡੇ ਦੋਨੋ Rajya Sabha Lok Sabha ਦੇ ਵਿੱਚ ਪਾਰੇ ਧੋਕੇ ਬਿਲ राष्ट्रपति जी ने हां कीती है तो ऑब्वियसली असी चुਣ ਕੇ ਉਹਨਾਂ ਨੂੰ ਉੱਥੇ ਬਿਠਾਇਆ ਹੈ ਤਾਂ ਉਹਨਾਂ ਦੇ ਹੱਥ ਚ ਵੀ ਤਾਂ ਕੋਈ ਨਾ ਕੋਈ ਪਾਵਰ ਹੈਗੀ ਹੈ ਨਾ ਅਗਲਿਆਂ ਨੇ ਕੁਝ ਸੋਚ ਸਮਝ ਕੇ ਹਰ ਚੀਜ਼ ਕੀ ਦਿੱਤੀ ਦਿੱਲੀ ਦੇ ਵਿੱਚ ਪ੍ਰਦਰਸ਼ਨ ਕਿਉਂ ਹੋ ਰਹੇ ਨੇ ਦਿੱਲੀ ਦੇ ਵਿੱਚ ਦੇਖੋ ਜੀ ਮੈਂ ਗੱਲ ਨੂੰ ਇੱਥੇ ਜਾ ਕੇ ਕਨਕਲੂਡ ਕਰਦੀ ਹਾਂ ਕਿ ਦੋ ਹਰ ਲੋਕਾਂ ਦੀ ਨਾ ਆਪਣੇ ਆਪਣੀ ਇੱਕ ਮੈਂਟੈਲਿਟੀ ਹੁੰਦੀ ਹੈ ਕੋਈ ਇਸ ਚੀਜ਼ ਦੇ ਅਗੇਂਸਟ ਹੁੰਦਾ ਹੈ ਕੋਈ ਇਸ ਚੀਜ਼ ਦੇ ਪੱਖ 'ਚ ਹੁੰਦਾ ਪਰ ਵਿਦਿਆਰਥੀਆਂ ਦੇ ਉੱਤੇ ਤਸ਼ੱਦਦ ਟਾਉਣਾ ਇਹ ਮੈਂਟੈਲਿਟੀ ਹੈ ਜਾਂ ਫਿਰ ਜਿਹੜਾ ਹੈਗਾ ਹੈ ਉਹ ਸੰਵਿਧਾਨ ਦੀ ਉਲੰਘਣਾ ਹੈਗੀ ਹੈ ਜਿਸ ਤਰੀਕੇ ਨਾਲ ਹੋਸਟਲ ਦੇ ਵਿੱਚ ਕਿ ਉੱਥੇ ਜਿਹੜੇ ਹੈਗੇ ਨੇ ਅੱਤਵਾਦੀ ਕ੍ਰੀਏਟ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਪੁਲਿਸ ਨੇ ਕਾਰਵਾਈ ਕੀਤੀ ਹੈ ਜੀ ਤੁਸੀਂ ਤਾਂ ਇਦਾਂ ਕਹਿ ਰਹੇ ਹੋ ਨਾ ਕਿ ਹੌਸਟਲ ਦੇ ਵਿੱਚ ਸਿੱਧਾ ਹੀ ਆ ਕੇ ਕਿਸੇ ਨੇ ਮਾਰਨਾ ਸ਼ੁਰੂ ਕਰਤਾ ਜਾਂ ਉਹਨਾਂ ਨੂੰ ਮਾਰ ਕੋ ਟਾਈਗਰ ਨੇ ਆਬਵੀਅਸਲੀ ਕੋਈ ਨਾ ਕੋਈ ਤਾਂ ਕੁਛ ਨਾ ਕੁਛ ਕਰਕੇ ਨਿਕਲਿਆ ਹੀ ਹੋਣਾ ਨਾ ਇਦਾਂ ਤਾਂ ਨਹੀਂ ਪੁਲਿਸ ਅਸੀਂ ਵੀ ਇੱਥੇ ਪੁਲਿਸ ਖੜੀ ਹੁੰਦੀ ਹੈ ਸਾਨੂੰ ਆ ਕੇ ਮਾਰਨ ਥੋੜੀ ਸ਼ੁਰੂ ਕਰ ਦਿੰਦੀ ਹੈ ਪੁਲਿਸ ਨੂੰ ਵੀ ਕੁਛ ਨਾ ਕੁਛ ਦੇਖਿਆ ਹੀ ਹੋਣਾ ਅਗਲਿਆਂ ਦੇ ਉੱਤੇ ਵੀ ਤਾਂ ਇੰਨੇ ਲੋਕਾਂ ਨੇ ਮਾਰਿਆ ਕੁੱਟਿਆ ਤੁਸੀਂ ਉਹਨਾਂ ਦਾ ਤਾਂ ਪੱਕ ਕਦੀ ਸੁਣਦੇ ਨਹੀਂ ਤੁਸੀਂ ਤਾਂ ਆ ਜਾਂਦੇ ਜਿਹੜੇ ਲੁੱਕ ਨਾ ਦੁਹਾਈਆਂ ਦਿੰਦੇ ਫਿਰਦੇ ਆ ਕਿ ਇਹ ਸਾਡੇ ਨਾਲ ਇਹ ਹੋਣੇ ਹੈ ਕਿ ਪਤਾ ਉਹਨਾਂ ਨੇ ਇਦਾਂ ਦਾ ਪੁਲਿਸ ਨੂੰ ਭੜਕਾਇਆ ਕਿ ਉਹਨਾਂ ਨੂੰ ਲੱਭਣ ਵਾਸਤੇ ਉਹ ਲੋਕ ਉੱਥੇ ਜਾ ਰਹੇ ਨੇ ਇਦਾਂ ਨਹੀਂ ਹੈ ਹਰ ਕਿਸੇ ਨੂੰ ਕੋਈ ਨਹੀਂ ਮਾਰਦਾ ਤੁਸੀਂ ਵੀ ਤਾਂ ਇੱਥੇ ਹੀ ਰਹਿੰਦੇ ਹੋ ਤੁਹਾਨੂੰ ਕੋਈ ਕਿਸੇ ਪਿੱਛੇ ਭੱਜਦਾ ਰਹਿੰਦਾ ਹੈ ਕਿ ਤੁਹਾਨੂੰ ਮਾਰਨਾ ਜੀ ਤੁਹਾਨੂੰ ਮਾਰਨਾ ਕਿਸੇ ਵਿਅਕਤੀ ਵਿਸ਼ੇਸ਼ ਨਾਲ ਕਿਸੇ ਦੀ ਕੋਈ ਨਹੀਂ ਰਹਿੰਦੀ ਇੱਥੇ ਲੋਕਾਂ ਦੇ ਵਿੱਚ ਮਤਭੇਦ ਹੋਣੇ ਚਾਹੀਦੇ ਮਨਪੇਦ ਨਹੀਂ ਹੋਣੇ ਚਾਹੀਦੇ ਇਸ ਇੱਕ ਦੂਜੇ ਦੇ ਉੱਤੇ ਐਲੀਗੇਸ਼ਨਸ ਲਾਣੇ ਬਹੁਤ ਈਜ਼ੀ ਰਹਿੰਦੇ ਨੇ ਬਟ ਉਹਨਾਂ ਨੂੰ ਐਲੀਗੇਸ਼ਨਸ ਨੂੰ ਕਲੇਮ ਕਰਨਾ ਨਾ ਬਹੁਤ ਔਖੀ ਗੱਲ ਹੈ ਇਸ ਟਾਈਮ ਬਹੁਤ ਬਹੁਤ ਧੰਨਵਾਦ ਸਸੀਕਲ ਜੀ ਸਸੀਕਲ ਵੀਰੇ ਕੀ ਨਾਮ ਵਿਦਿਆਰਥੀਆਂ ਦੇ ਉੱਤੇ ਤਸ਼ੱਦਦ ਟਾਇਆ ਜਾਂਦਾ ਹੈ ਕਿਸ ਤਰ੍ਹਾਂ ਦੀ ਗੱਲ ਵੀ ਹੈਗੀ ਨਹੀਂ ਮੈਨੂੰ ਲੱਗਦਾ ਹੈ ਵਿਦਿਆਰਥੀਆਂ ਤੇ 6 ਚੱਦਰ ਢਾਉਣਾ ਇੱਕ ਬੜੀ ਹੀ ਮਾੜੀ ਗੱਲ ਹੈ ਪਰ ਜੇ ਉਹਦੇ ਪਿੱਛੇ ਕੁਝ ਤੁਸੀਂ ਜਿਹੜੀਆਂ ਚੀਜ਼ਾਂ ਲੁਕੀਆਂ ਹੋਈਆਂ ਨੇ ਬਿਹਾਈਂਡ ਦਾ ਕਰਟਰਨ ਉਹਨੂੰ ਜ਼ਰੂਰ ਦੇਖਣਾ ਚਾਹੀਦਾ ਕਿਵੇਂ ਉਹ ਵਿਦਿਆਰਥੀ ਵਰਗ ਆ ਕੇ ਅੱਜ ਮੈਂ ਰੀਸੈਂਟਲੀ ਹੁਣੇ ਅਖਬਾਰ ਪੜ੍ਹ ਕੇ ਆਇਆ ਤਾਂ ਮੈਂ ਦੇਖਿਆ ਦਿੱਲੀ ਦੇ ਅੰਦਰ ਕੱਲ ਸ਼ਾਮ ਨੂੰ 21 ਲੋਕ ਜਿਨ੍ਹਾਂ ਦੇ ਵਿੱਚ 6 ਪੁਲਿਸ ਕਰਮਚਾਰੀ ਸ਼ਾਮਿਲ ਸਨ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਗਿਆ ਇਹਨਾਂ ਨੂੰ ਮਾਰਿਆ ਕੁੱਟਿਆ ਗਿਆ ਉੱਥੇ ਉਹਨਾਂ ਲੋਕਾਂ ਦੁਆਰਾ 6-7 ਮੋਟਰਸਾਈਕਲ ਸਾੜੇ ਗਏ ਬੱਸਾਂ ਨੂੰ ਫਿਰ ਅੱਗ ਲਾਈ ਗਈ ਉਸ ਬਾਅਦ ਸੀਸੀਟੀਵੀ ਕੈਮਰੇਜ਼ ਵੀ ਉਸ ਥਾਂ ਦੇ ਛੱਡ ਦਿੱਤੇ ਗਏ ਤੋੜ ਦਿੱਤੇ ਗਏ ਵੀ ਕਿ ਇੱਕ ਖੱਬੇ ਪੱਖੀ ਲੋਕਾਂ ਦੀ ਮਾਨਸਿਕਤਾ ਉਹ ਸਾਫ਼ ਨਜ਼ਰ ਆਉਂਦੀ ਹੈ ਵੀ ਜਦੋਂ ਵੀ ਕੋਈ ਬਿੱਲ ਆਇਆ ਚਾਹੇ ਉਹ 370 ਆਇਆ 370 ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ ਬੜਾ ਹੀ ਜ਼ਿਆਦਾ ਐਸਐਫਆਈ ਐਸਐਫਐਸ ਜਿੰਨੇ ਵੀ ਖੱਬੇ ਪੱਖੀ ਜਥੇਬੰਦੀਆਂ ਨੇ ਉਹਨਾਂ ਨੇ ਆ ਕੇ ਪ੍ਰਦਰਸ਼ਨ ਕੀਤਾ ਉਸ ਤੋਂ ਬਾਅਦ ਰਾਮ ਮੰਦਰ ਦੀ ਗੱਲ ਆਉਂਦੀ ਹੈ ਰਾਮ ਮੰਦਰ ਨੂੰ ਲੈ ਕੇ ਇਹਨਾਂ ਲੋਕਾਂ ਨੇ ਸੁਪਰੀਮ ਕੋਰਟ ਦੇ ਵਰਡਿਕਟ ਨੂੰ ਨਕਾਰਿਆ ਉਸ ਤੋਂ ਬਾਅਦ ਜੇ ਗੱਲ ਆਉਂਦੀ ਹੈ ਉਹ ਆਪਣੇ ਡਾਕਟਰ ਦੇ ਜਿਹੜੀ ਆਂਧਰਾ ਪ੍ਰਦੇਸ਼ ਦੇ ਅੰਦਰ ਜਿਹਦੇ ਨਾਲ ਰੇਪ ਹੋਇਆ ਉਹਦੇ ਲੋਕ ਗੱਲ ਕਰਦੇ ਨੇ ਵੀ ਇੱਕ ਲੋਕਤੰਤਰੀ ਚੀਜ਼ ਨੇ ਇੱਕ ਲੋਕਤੰਤਰੀ ਕੰਟਰੀ ਹੋਣ ਦੇ ਸਾਬ ਚਾਰ ਇਨਕਾਊਂਟਰ ਕਰ ਦਿੱਤੇ ਗਏ ਜਦੋਂ ਸੁਪਰੀਮ ਕੋਰਟ ਇੱਕ ਲੋਕਤੰਤਰੀ ਢੰਗ ਨਾਲ ਪੇਸ਼ ਕਰ ਰਿਹਾ ਚੀਜ਼ ਦੇ ਰਿਹਾ ਵੀ ਕਾਨੂੰਨ ਦੇ ਤੌਰ ਨਾਲ ਉਹਨੂੰ ਤੁਸੀਂ ਨਕਾਰ ਰਹੇ ਹੋ ਕੋਈ ਸਟੈਂਡ ਨਹੀਂ ਐਨ ਖਵੇ ਪੱਖੇ ਜਿੱਥੇ ਬੰਦੀਆਂ ਦਾ ਤੇ ਮੈਨੂੰ ਲੱਗਦਾ ਪੁਲਿਸ ਨੂੰ ਉੱਥੇ BBVP ਦਾ ਕੀ ਸਟੈਂਡ ਹੈ BBVP ਨਾਲ ਹੈ CAA ਦੇ ਨਾਲ ਹੈ ਜਿਹੜਾ ਅੱਜ ਸਿਟੀਜ਼ਨ ਐਮੈਂਡਮੈਂਟ ਐਕਟ ਪਾਸ ਹੋ ਚੁੱਕਿਆ ਹੈ ਉਹਦੇ ਨਾਲ ਇਹਦੀ ਸਪੋਰਟ ਚ ਅਖਿਲ ਭਾਰਤੀ ਵਿਦਿਆਰਥੀ ਪਰਸ਼ਦ ਅੱਜ 3 ਵਜੇ ਪੂਰੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਇੱਕ ਮਾਰਚ ਕੱਢੂਗੀ ਜਿਹੜੀ ਸਪੋਰਟ ਦੇ ਅੰਦਰ ਕੱਢੂਗੀ ਚਲੋ ਦੂਜੀ ਗੱਲ ਇਹ ਰਹੀ ਕਿ ਜਿਸ ਤਰੀਕੇ ਨਾਲ ਦਿੱਲੀ ਦੇ ਵਿੱਚ ਪ੍ਰਦਰ ਜੀ ਪਰ ਜਦੋਂ ਤਸ਼ੱਦਦ ਹੋਏ ਨੇ ਕੁਝ ਬੇਕਸੂਰ ਵੀ ਕੁੱਟੇ ਗਏ ਨੇ ਉਨਾ ਦੇ ਪ੍ਰਤੀ ਐਬੀਪੀ ਕੀ ਕਹਿੰਦੀ ਹੈਗੀ ਨਹੀਂ ਨਹੀਂ ਬਿਲਕੁਲ ਜਿਹੜੇ ਜਿਹੜੇ ਤਾਂ ਬੇਕਸੂਰ ਕੁੱਟੇ ਗਏ ਮੈਨੂੰ ਲੱਗਦਾ ਨਹੀਂ ਵੀ ਪੁਲਿਸ ਨੂੰ ਇੰਨੀਕ ਤਾਂ ਦਿੱਲੀ ਦੀ ਪੁਲਿਸ ਇੱਕ ਆਜ਼ਾਦ ਪੁਲਿਸ ਹੈ ਪੁਲਿਸ ਤੇ ਪੁਲਿਸ ਦੇ ਨਾਲ ਨਹੀਂ ਆ ਅਸੀਂ ਪਰ ਪ੍ਰਸ਼ਾਸਨ ਤੇ ਕਿਤਨੇ ਕਿਹੜੇ ਤੁਹਾਨੂੰ ਪ੍ਰੋਸਤ ਕਰਨਾ ਹੀ ਪੈਣਾ ਨਾ ਵਿਸ਼ਵਾਸ ਚ ਲੈਣਾ ਪੈਣਾ ਪੰਜਾਬ ਯੂਨੀਵਰਸਿਟੀ ਦੇ ਅੰਦਰ 2017 ਚ ਇਹੋ ਜਿਹਾ ਕਾਹਨ ਹੋਇਆ ਪੁਲਿਸ ਨੇ ਜਾ ਕੇ ਗੁਰਦੁਆਰਾ ਸਾਹਿਬ ਤੋਂ ਉਹ ਕਾਰਕੋਨ ਫੜੇ ਹੁਣ ਜਦੋਂ ਕੱਲ ਨੂੰ ਅਸੀਂ ਇਸ ਗੱਲ ਨੂੰ ਲੈ ਕੇ ਆਵਾਂ ਵੀ ਗੁਰਦੁਆਰਾ ਸਾਹਿਬ ਦੇ ਅੰਦਰੋਂ ਫੜੇ ਗਏ ਤਾਂ ਹਾਂ ਠੀਕ ਹੈ ਉਹ ਮਾਰ ਕੇ ਕਿਸੇ ਦੇ ਪੱਥਰ ਮਾਰ tam da o güne ਜੀ ਬਹੁਤ ਬਹੁਤ ਧੰਨਵਾਦ ਸਰ ਨਾਲ ਗੱਲਬਾਤ ਕਰਨ ਲਈ ਸੋ ਨੌਜਵਾਨਾਂ ਦੇ ਨਾਲ ਹਰ ਪੱਧਰ ਦੇ ਉੱਤੇ ਵੱਖ-ਵੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਹੈਗੀ ਕੀਤੀ ਹੈ ਤੇ ਸਾਰੀਆਂ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਜਿਸ ਤਰੀਕੇ ਦੇ ਨਾਲ ਪੁਲਿਸ ਦੀ ਕਾਰਵਾਈ ਹੈਗੀ ਹੈ ਉਸ ਨੂੰ ਲੈ ਕੇ ਸਵਾਲ ਵੀ ਚੁੱਕੇ ਨੇ ਹਾਲਾਂਕਿ ਕੁਝ ਜਥੇਬੰਦੀਆਂ ਇਹ ਵੀ ਕਹਿ ਰਹੀਆਂ ਨੇ ਕਿ ਵਿਦਿਆਰਥੀਆਂ ਨੇ ਕੁਝ ਕੀਤਾ ਉਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ ਹਾਲਾਂਕਿ ਜਿਸ ਤਰੀਕੇ ਦੇ ਨਾਲ ਨਾਗਰਿਕਤਾ ਕਾਨੂੰਨ ਲਾਗੂ ਕੀਤਾ ਗਿਆ ਉਸ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਵਿਰੋਧ ਦੀ ਲਹਿਰ ਉੱਠੀ ਹੈ ਪਰ ਵੱਖ-ਵੱਖ ਜਥੇਬੰਦੀਆਂ ਲੋਕਾਂ ਦੀ ਇਕਸੁਰ ਹੋ ਕੇ ਮੰਗ ਹੈਗੀ ਹੈ ਕਿ ਕਾਨੂੰਨ ਤੱਕੇ ਦੇ ਨਾਲ ਲਾਗੂ ਕੀਤਾ ਗਿਆ ਉਸ ਨੂੰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ ਇਹ ਮੰਗ ਲਗਾਤਾਰ ਜ਼ੋਰ ਫੜਦੀ ਜਾ ਰਹੀ ਹੈ ਸੋ ਅੱਜ ਦੇ ਪੰਜਾਬ ਬੋਲਦਾ ਦੇ ਵਿੱਚ ਬਸ ਇੰਨਾ ਹੀ ਇਸ ਦੇ ਨਾਲ ਹੀ ਮੈਨੂੰ ਅਮਨਦੀਪ ਸਿੰਘ ਨੂੰ ਦਿਓ ਜੀ ਆ ਗਿਆ ਧੰਨਵਾਦ